ਆਸਪੈਕਟ ਹੈ, ਪਰ ਜਿਹੜੀ ਉਹਨਾਂ ਦੇ ਉੱਪਰ ਬਹਿਸ ਹੋ ਰਹੀ ਹੈ, ਜਿਹੜੀ ਟੀਵੀ ਦੇ ਉੱਪਰ ਜਿਹੜੇ ਚਰਚੇ ਉਹਨਾਂ ਦੇ ਉੱਪਰ ਹੋ ਰਹੇ ਆ, ਉਹ ਉਸ ਤੋਂ ਵੀ ਖਰਾਬ ਹੈ। ਉਹਦੇ ਨਾਲ ਹੋਰ ਵੀ ਜ਼ਿਆਦਾ ਆਸ ਟੁੱਟਦੀ ਹੈ ਕਿ ਕੋਈ ਮੈਂ ਅੱਜ ਤੱਕ ਡਿਸਕਸ਼ਨ ਨਹੀਂ ਦੇਖੀ ਜਿਹੜੀ ਕਿਸੇ ਟੀਵੀ ਚੈਨਲ ਤੇ ਹੋ ਰਹੀ ਹੋਵੇ ਤੇ ਕਿਤੇ ਸਿੱਟੇ ਤੇ ਪਹੁੰਚੀ ਹੋਵੇ ਤੇ ਉੱਥੋਂ ਸਿੱਟਾ ਕੱਢ ਕੇ ਤੇ ਕੋਈ ਨਾ ਕੋਈ ਚੀਜ਼ ਐਪਲੀਕੇਸ਼ਨ ਚ ਲਿਆਂਦੀ ਗਈ ਹੋਵੇ। ਇੱਕ ਵੀ ਚੀਜ਼ ਐਪਲੀਕੇਸ਼ਨ ਚ ਨਹੀਂ ਆਈ, ਤੇ ਜਿਹੜੀਆਂ ਐਪਲੀਕੇਸ਼ਨ ਦੇ ਵਿੱਚ ਚੀਜ਼ਾਂ ਆਈਆਂ, ਜਿਹੜੀਆਂ ਸੁਰਖੀਆਂ ਦੇ ਵਿੱਚ ਚੀਜ਼ਾਂ ਆਈਆਂ, ਉਹਨਾਂ ਦਾ 2 ਮਹੀਨੇ ਬਾਅਦ, 4 ਮਹੀਨੇ ਬਾਅਦ, 6 ਮਹੀਨੇ ਬਾਅਦ ਦੇਖ ਲਓ ਕੋਈ ਰਿਜ਼ਲਟ ਨਹੀਂ ਤੁਹਾਨੂੰ ਨਜ਼ਰ ਆਉਂਦਾ। ਅਲਟੀਮੇਟਲੀ ਨਜ਼ਰ ਕੀ ਆਉਂਦਾ ਕਿ ਇਸ ਜਗ੍ਹਾ ਤੇ 4 ਮੁੰਡੇ ਮਾਰੇ ਗਏ, ਇਸ ਜਗ੍ਹਾ ਤੇ 2 ਮੁੰਡੇ ਮਾਰੇ ਗਏ, ਇਸ ਜਗ੍ਹਾ ਤੇ ਆਈਵੀ ਡਰੱਗ ਲਾਉਂਦੇ ਇੰਨੇ ਮੁੰਡੇ ਮਾਰੇ ਗਏ, ਆਹ ਹੋ ਗਿਆ ਡੀ ਐਡਿਕਸ਼ਨ ਸੈਂਟਰ ਦੇ ਵਿੱਚ, ਇਹ ਹੋ ਗਿਆ ਕੁੱਟਮਾਰ ਹੋ ਗਈ, ਜਾਤੀਆਂ ਹੋ ਗਈਆਂ, ਬੁਰਾ ਹਾਲ ਹੋ ਗਿਆ, ਡੀ ਐਡਿਕਸ਼ਨ ਦੇ ਨਾਂ ਤੇ ਦਵਾਈਆਂ ਵੰਡੀਆਂ ਜਾ ਰਹੀਆਂ, ਡਿਫਰੈਂਟ ਡਿਫਰੈਂਟ ਬਹੁਤ ਗੰਦੀਆਂ ਨਿਊਜ਼ ਜਿਹੜੀਆਂ ਉਹ ਐਡਿਕਸ਼ਨ ਦੇ ਮਾਮਲੇ ਦੇ ਵਿੱਚ ਆ ਰਹੀਆਂ। ਇਹਦੇ ਵਿੱਚ ਸਾਰੀਆਂ ਚੀਜ਼ਾਂ ਦੇ ਵਿੱਚ ਅਸੀਂ ਨਾ ਕਿਤੇ ਰਿਸਪੋਂਸੀਬਲ ਆ, ਅਸੀਂ ਆਪ ਰਿਸਪੋਂਸੀਬਲ ਆ ਇਸ ਚੀਜ਼ ਦੇ ਵਿੱਚ। ਕਿਉਂ ਰਿਸਪੋਂਸੀਬਲ ਆ? ਸਾਨੂੰ ਪਤਾ ਹੀ ਨਹੀਂ ਹੈ ਕਿ ਇਹ ਪ੍ਰੋਬਲਮ ਅਸੀਂ ਹੱਲ ਕੀ ਕਰਦੇ ਹਾਂ ਤੇ ਗੱਲ ਕਿਸ ਚੀਜ਼ ਬਾਰੇ ਕਰ ਰਹੇ ਹਾਂ। ਸਭ ਤੋਂ ਵੱਡੀ ਗੱਲ ਜਿਹੜੀ ਸਾਡੀ ਪ੍ਰੋਬਲਮ ਇਹ ਹੈ ਕਿ ਸਾਨੂੰ ਇਹ ਨਹੀਂ ਪਤਾ ਕਿ ਅਸੀਂ ਕਿਸ ਚੀਜ਼ ਬਾਰੇ ਗੱਲ ਕਰ ਰਹੇ ਹਾਂ। ਬਹੁਤ ਜਿਹੜੀ ਦੁਖਦਾਈ ਗੱਲ ਇਹ ਹੈ ਕਿ ਸਾਨੂੰ ਇਹ ਨਹੀਂ ਪਤਾ ਕਿ ਅਸੀਂ ਜਿਸ ਚੀਜ਼ ਬਾਰੇ ਗੱਲ ਕਰ ਰਹੇ ਹਾਂ ਉਹ ਗੱਲ ਉਹ ਹੈ ਹੀ ਨਹੀਂ ਹੈ ਜਿਹਦੇ ਬਾਰੇ ਅਸੀਂ ਗੱਲ ਕਰ ਰਹੇ ਹਾਂ। ਆਪਾਂ ਗੱਲ ਕੀ ਕਰ ਰਹੇ ਹਾਂ, ਕਿਹਦੇ ਕਰਕੇ ਲੱਗਿਆ, ਕਿੰਨਾ ਵਧਿਆ, ਕਿੰਨਾ ਘਟਿਆ, ਕਿੰਨਾ ਆਇਆ, ਕਿੰਨੇ ਮਰਦੇ ਆ, ਕਿਹੜਾ ਨਸ਼ਾ ਆ ਰਿਹਾ, ਇਹਨਾਂ ਦਾ ਕੀ ਮਤਲਬ ਹੈ, ਇਹਨਾਂ ਦਾ ਕੀ ਮਤਲਬ ਹੈ? ਇਹਨਾਂ ਦਾ ਕੋਈ ਮਤਲਬ ਨਹੀਂ ਹੈਗਾ। ਮੈਨੂੰ ਗੱਲ ਦੱਸੋ ਕਿ ਮਤਲਬ ਵਾਲੀ ਗੱਲ ਕੀ ਹੋਣੀ ਚਾਹੀਦੀ ਹੈ? ਮਤਲਬ ਵਾਲੀ ਗੱਲ ਸਿਰਫ ਇੰਨੀ ਹੈ ਕਿ ਇੱਕ ਸਰੀਰਕ ਤੌਰ ਤੇ ਬਿਮਾਰ ਆਦਮੀ ਕਿਸੇ ਡਾਕਟਰ ਕੋਲ ਜਾਂਦਾ ਹੈ ਤੇ ਆਪਣੇ ਸਰੀਰ ਦੀ ਪੀੜਾ ਜਾਂ ਆਪਣੇ ਸਰੀਰ ਦੇ ਆਰਾਮ ਵਾਸਤੇ ਉੱਥੋਂ ਲੈ ਕੇ ਕੋਈ ਨਾ ਕੋਈ ਦਵਾਈ ਖਾਂਦਾ ਤਾਂ ਕਿ ਉਹਦਾ ਸਰੀਰ ਠੀਕ ਹੋ ਜਾਵੇ, ਤੇ ਇੱਕ ਮਾਨਸਿਕ ਤੌਰ ਤੇ ਬਿਮਾਰ ਆਦਮੀ ਕੋਸ਼ਿਸ਼ ਕਰਦਾ ਆਪਣੀ ਮਾਨਸਿਕਤਾ ਨੂੰ ਠੀਕ ਕਰਨ ਦੀ, ਆਪਣੇ ਮੂਡ ਨੂੰ, ਮਿਜਾਜ ਨੂੰ ਠੀਕ ਕਰਨ ਦੀ, ਪਰ ਜਦੋਂ ਉਹਦਾ ਕੋਈ ਹੱਲ ਨਹੀਂ ਹੁੰਦਾ ਉਹ ਜਾ ਕੇ ਸੈਲਫ ਮੈਡੀਕੇਸ਼ਨ ਕਰਦਾ, ਉਹ ਕਿਸੇ ਨਾ ਕਿਸੇ ਚੀਜ਼ ਦੀ, ਨਸ਼ੇ ਦੀ ਵਰਤੋਂ ਕਰਦਾ। ਮੈਨੂੰ ਇਹ ਕਹਿਣ ਚ ਕੋਈ ਹਰਜ ਨਹੀਂ ਹੈ ਕਿ ਅੱਜ ਪੰਜਾਬ ਬਿਮਾਰ ਹੈ। ਤੁਸੀਂ ਕਹੋਗੇ ਪੰਜਾਬ ਬਿਮਾਰ ਹੈ, ਮੈਂ ਕਹੀ ਯੈਸ ਪੰਜਾਬ ਬਿਮਾਰ ਹੈ। ਪੰਜਾਬ ਕਿਸ ਚੀਜ਼ ਤੋਂ ਬਿਮਾਰ ਹੈ? ਪੰਜਾਬ ਮਾਨਸਿਕ ਤੌਰ ਤੇ ਬਿਮਾਰ ਹੈ। ਪੰਜਾਬ ਨੂੰ ਨਸ਼ਿਆਂ ਦੀ ਪ੍ਰੋਬਲਮ ਨਹੀਂ ਹੈ, ਪੰਜਾਬ ਮਾਨਸਿਕ ਤੌਰ ਤੇ ਬਿਮਾਰ ਹੈ। ਪੰਜਾਬ ਦੇ ਵਿੱਚ ਕਿਸੇ ਵੀ ਯੂਥ, ਕਿਸੇ ਵੀ ਇਨਸਾਨ ਨਾਲ ਤੁਸੀਂ ਗੱਲ ਕਰੋ, ਉਹਨਾਂ ਨੂੰ ਜਿਹੜੀ ਗੱਲ ਸੁਣੋਗੇ ਤੁਸੀਂ ਉਹਨੂੰ ਕਿਸੇ ਵੀ ਸਿੱਟੇ ਦੇ ਵਿੱਚ ਕਰ ਲਓ, ਉਹ ਮਾਨਸਿਕ ਤੌਰ ਤੇ ਬਿਮਾਰ ਬੰਦੇ ਦੀ ਗੱਲ ਲੱਗਦੀ ਹੈ। ਸਭ ਤੋਂ ਵੱਡੀ ਜਿਹੜੀ ਪੰਜਾਬ ਦੀ ਇੱਕ ਮਾਨਸਿਕ ਬਿਮਾਰੀ ਦੀ ਨਿਸ਼ਾਨੀ ਹੁੰਦੀ ਹੈ ਕਿ ਬੰਦਾ ਆਪਣੀ ਰਿਸਪੋਂਸੀਬਿਲਟੀ, ਆਪਣੀ ਜ਼ਿੰਮੇਵਾਰੀ ਨਹੀਂ ਲੈਂਦਾ। ਮੈਂ ਅੱਜ ਤੱਕ ਕਿਸੇ ਸੋਸ਼ਲ ਵਰਕਰ ਜਾਂ ਅੱਜ ਤੱਕ ਕਿਸੇ ਨੇਤਾ ਨੂੰ ਕਿਸੇ ਜਗ੍ਹਾ ਤੇ ਇਹ ਆਪਣੀ ਜ਼ਿੰਮੇਵਾਰੀ ਲੈਂਦੇ ਨਹੀਂ ਦੇਖਿਆ। ਮੈਂ ਇਸ ਚੀਜ਼ ਤੋਂ ਰਿਜ਼ਲਟ ਕੱਢਦਾ ਕਿ ਇਹ ਪੰਜਾਬ ਜਿਹੜਾ ਇਹ ਬਿਮਾਰ ਹੈ, ਐਂਡ ਬਿਮਾਰ ਪੰਜਾਬ ਦੇ ਵਿੱਚ ਜਿਹੜੇ ਬੰਦੇ ਕਹਿੰਦੇ ਆ ਕਿ ਅਸੀਂ ਇਸ ਪ੍ਰੋਬਲਮ ਨੂੰ ਠੀਕ ਕਰ ਲਾਂਗੇ, ਉਹ ਆਪ ਵੀ ਮਾਨਸਿਕ ਤੌਰ ਤੇ ਬਿਮਾਰ ਹੈ। ਉਹ ਸਿਰਫ ਤੇ ਸਿਰਫ ਆਪਣੇ ਸਰੂਰ ਨੂੰ ਕਾਇਮ ਰੱਖਣ ਵਾਸਤੇ। ਹੁਣ ਹੈ ਕੀ ਹੈ ਮਾਨਸਿਕ ਬਿਮਾਰੀ, ਨਸ਼ੇ ਦੀ ਬਿਮਾਰੀ ਕੀ ਚੀਜ਼ ਹੈ? ਮੂਲ ਤੌਰ ਤੇ ਦੇਖਿਆ ਜਾਏ ਨਸ਼ੇ ਦੀ ਬਿਮਾਰੀ ਕੋਈ ਨਸ਼ਾ ਲੈਣ ਦੀ ਬਿਮਾਰੀ ਨਹੀਂ ਹੈ। ਨਸ਼ਾ ਲੈਣ ਦੀ ਬਿਮਾਰੀ ਨਹੀਂ ਹੈ, ਨਸ਼ਾ ਤੇ ਸਿਰਫ ਤੇ ਸਿਰਫ ਆਪਣੇ ਮਨ, ਆਪਣੇ ਮੂਡ, ਆਪਣੀ ਡਿਪਰੈਸ਼ਨ, ਆਪਣੇ ਇਕੱਲਾਪਨ, ਆਪਣੇ ਆਪ ਨੂੰ ਜ਼ੀਰੋ ਸਮਝਣਾ, ਆਪਣੇ ਆਪ ਨੂੰ ਬਿਲਕੁਲ ਮਰਿਆ ਹੋਇਆ ਸਮਝਣਾ। ਉਸ ਵਾਸਤੇ ਜਦੋਂ ਬੰਦਾ ਜਾਂਦਾ ਬਾਹਰ ਜਾ ਕੇ ਅਪਰੋਚ ਕਰਦਾ ਤੇ ਜਾ ਕੇ ਕਿਸੇ ਨਾ ਕਿਸੇ ਦਵਾਈ ਦੀ ਵਰਤੋਂ ਕਰਦਾ ਜਿਹੜੀ ਕਿ ਆਪਣੇ ਤੌਰ ਤੇ ਵਰਤੋਂ ਕਰਦਾ, ਉਹਦਾ ਨਸ਼ਾ ਬਣ ਜਾਂਦੀ ਹੈ। ਸਭ ਤੋਂ ਜ਼ਿਆਦਾ ਪੰਜਾਬ ਦੇ ਵਿੱਚ ਇਸ ਚੀਜ਼ ਦੀ ਪ੍ਰਚਲਿਤ ਹੋਈ। ਸਭ ਤੋਂ ਪਹਿਲਾਂ ਮੈਨੂੰ ਅੱਜ 30 ਸਾਲ ਹੋ ਗਏ ਇਸ ਕੰਮ ਦੇ ਵਿੱਚ ਪਿਆ। ਮੈਂ 30 ਸਾਲਾਂ ਤੋਂ ਦੇਖਣ ਡਿਆ ਕਿ ਅੰਮ੍ਰਿਤਸਰ ਦੇ ਵਿੱਚ, ਪੰਜਾਬ ਦੇ ਵਿੱਚ ਉਹ ਫੈਕਟਰੀਆਂ ਦੇ ਵਿੱਚ ਨਸ਼ੇ ਦੇ ਕੈਪਸੂਲ ਬਣਦੇ ਆ ਐਂਡ ਐਡੀ ਵੱਡੀ ਮਿਕਦਾਰ ਦੇ ਵਿੱਚ ਵਿਕਦੇ ਆ ਐਂਡ ਸਾਰੇ ਪੰਜਾਬ ਦੇ ਵਿੱਚ ਜਾਂਦੇ ਆ। ਮੈਨੂੰ 30 ਸਾਲਾਂ ਦੇ ਵਿੱਚ ਇਹ ਵੀ ਮੌਕਾ ਮਿਲਿਆ ਕਿ ਮੈਂ ਸਾਰੇ ਤਰ੍ਹਾਂ ਦੇ ਹੀਰਨ ਨੂੰ ਆਉਂਦਿਆਂ ਦੇਖਿਆ, ਸਮੈਕ ਨੂੰ ਆਉਂਦਿਆਂ ਦੇਖਿਆ, ਸਮੈਕ ਦੀਆਂ ਡਿਫਰੈਂਟ ਲੇਅਰਾਂ ਨੂੰ ਆਉਂਦੇ ਦੇਖਿਆ ਐਂਡ ਲੋਕਾਂ ਨੂੰ ਇਹਦੇ ਤੋਂ ਮਰਦੇ ਦੇਖਿਆ। ਮੈਂ ਸਾਰੀਆਂ ਚੀਜ਼ਾਂ ਤੋਂ ਬਿਲਕੁਲ 100% ਬੜੀ ਕਲੋਜ਼ਲੀ ਦੇਖਿਆ ਐਂਡ ਦੇਖਿਆ ਕੀ ਹੈ ਕਿ ਇਹ ਅਲਟੀਮੇਟਲੀ ਮਾਨਸਿਕ ਤੌਰ ਤੇ ਬਿਮਾਰ ਬੰਦੇ ਹੈ
ਜਿਹੜੇ ਵੇਚਦੇ ਆ ਉਹ ਵੀ, ਜਿਹੜੇ ਇਹਦਾ ਕਾਰੋਬਾਰ ਕਰਦੇ ਉਹ ਵੀ, ਜਿਹੜਾ ਇਹਨੂੰ ਕੰਜ਼ਿਊਮ ਕਰਦੇ ਉਹ ਵੀ, ਐਂਡ ਜਿਹੜੇ ਇਹਨੂੰ ਪ੍ਰੋਟੈਕਟ ਕਰ ਰਹੇ ਉਹ ਵੀ। ਕਿਉਂਕਿ ਜੇ ਇਹਦਾ ਹੱਲ ਕਿਉਂ ਨਹੀਂ ਹੋ ਰਿਹਾ, ਕੋਈ ਇਹ ਤਾਂ ਨਹੀਂ ਕਿ ਦੁਨੀਆਂ ਦੇ ਵਿੱਚ ਇਹਦਾ ਹੱਲ ਹੀ ਨਹੀਂ ਹੋ ਸਕਦਾ। ਹੱਲ ਹੋ ਸਕਦਾ ਜੇ ਮਾਨਸਿਕ ਤੌਰ ਤੇ ਇਹਨੂੰ ਸਮਝਿਆ ਜਾਏ ਕਿ ਬਿਮਾਰੀ ਮਾਨਸਿਕ ਰੋਗਾਂ ਦੀ ਬਿਮਾਰੀ ਹੈ, ਨਾ ਕਿ ਇਹ ਬਿਮਾਰੀ ਜਿਹੜੀ ਹੈ ਇਹ ਨਸ਼ੇ ਦੀ ਬਿਮਾਰੀ ਹੈ। ਨਸ਼ਾ ਕਿਉਂ ਆਉਂਦਾ? ਕਿਉਂਕਿ ਮਾਨਸਿਕ ਤੌਰ ਤੇ ਬਿਮਾਰ ਬੰਦਾ। ਹੁਣ ਮਾਨਸਿਕ ਤੌਰ ਤੇ ਬਿਮਾਰ ਬੰਦਾ ਟੱਠਿਆ ਡਿੱਗਾ, ਮਤਲਬ ਉਹ ਬਿਲਕੁਲ ਅਪਾਹਜ ਬੰਦਾ ਹੈ, ਉਹ ਜਾ ਕੇ ਜਿਹੜੀ ਚੀਜ਼ ਦੀ ਵਰਤੋਂ ਕਰਦਾ ਉਹ ਉਹਦਾ ਨਸ਼ਾ ਬਣ ਜਾਂਦੀ ਹੈ। ਪਹਿਲਾਂ ਉਹਨੇ ਗੋਲੀਆਂ ਦਾ ਨਸ਼ਾ ਕਰਨਾ ਸ਼ੁਰੂ ਕੀਤਾ, ਫਿਰ ਕੈਪਸੂਲਾਂ ਦਾ ਨਸ਼ਾ ਸ਼ੁਰੂ ਕੀਤਾ, ਫਿਰ ਟੀਕਿਆਂ ਦਾ ਨਸ਼ਾ ਸ਼ੁਰੂ ਕੀਤਾ, ਫਿਰ ਉਸ ਤੋਂ ਬਾਅਦ ਸਮੈਕ ਆ ਗਈ, ਸਮੈਕ ਦਾ ਨਸ਼ਾ ਕਰਨਾ ਸ਼ੁਰੂ ਕਰਤਾ, ਫਿਰ ਹੀਰੋਇਨ ਦਾ ਨਸ਼ਾ ਸ਼ੁਰੂ ਕਰਤਾ। ਸ਼ੁਰੂਆਤ ਕਿੱਥੋਂ ਹੁੰਦੀ ਹੈ? ਸ਼ੁਰੂਆਤ ਹੁੰਦੀ ਹੈ ਜਾਂ ਸ਼ਰਾਬ ਤੋਂ, ਜਾਂ ਸਿਗਰਟ ਤੋਂ, ਜਾਂ ਚਰਸ ਤੋਂ, ਜਾਂ ਭੁੱਕੀ ਤੋਂ, ਇੱਥੋਂ ਸਟਾਰਟ ਹੋ ਜਾਂਦੀ ਹੈ। ਬਸ ਹੁੰਦਾ ਕੀ ਹੈ, ਪੌੜੀਆਂ ਚੜ੍ਹਦਾ ਬੰਦਾ। ਪੌੜੀਆਂ ਇਹ ਨਹੀਂ ਹੁੰਦਾ ਨਸ਼ੇ ਦੀਆਂ ਚੜ੍ਹਦਾ, ਪੌੜੀਆਂ ਇਹ ਹੁੰਦਾ ਕਿ ਘਰ ਦੇ ਹਾਲਾਤ ਖਰਾਬ ਹੋ ਜਾਂਦੇ ਆ, ਉਹਨੂੰ ਆਪਣੀ ਵੈਲਿਊ ਦਾ ਸਿਸਟਮ ਦਾ ਬਿਲਕੁਲ ਪਤਾ ਨਹੀਂ ਰਹਿੰਦਾ। ਘਰ ਦੇ ਵਿੱਚ ਉਹਨੂੰ ਸਭ ਤੋਂ ਪਹਿਲੀ ਗੱਲ ਜਿਹੜੀ ਕਿ ਜਿਸ ਚੀਜ਼ ਨੇ ਨੁਕਸਾਨ ਦਿੱਤਾ, ਉਹ ਇਹ ਚੀਜ਼ ਹੈਗੀ ਹੈ ਕਿ ਅਸੀਂ ਆਪਣੇ ਬੱਚਿਆਂ ਨੂੰ ਇੱਕ ਚੀਜ਼ ਨਹੀਂ ਸਿਖਾ ਸਕੇ। ਅਸੀਂ ਬੱਚਿਆਂ ਨੂੰ ਕੀ ਕਰਦੇ ਹਾਂ? ਸੈੱਟ ਕਰਦੇ ਹਾਂ, ਸੈੱਟ। ਪੰਜਾਬ ਦੇ ਲੋਕੀ ਕੀ ਕਰਦੇ? ਪੰਜਾਬ ਦੇ ਮਾਂ ਪਿਓ ਬੱਚਿਆਂ ਨੂੰ ਸੈੱਟ ਕਰਦੇ ਆ, ਤੇ ਕਰ ਕੀ ਬਹਿੰਦੇ? ਅਪਸੈੱਟ। ਕਰਨਾ ਸੈੱਟ ਚਾਹੁੰਦੇ ਆ, ਕਰਦੇ ਅਪਸੈੱਟ ਹੈ, ਫਿਰ ਆਪ ਵੀ ਅਪਸੈੱਟ ਹੁੰਦੇ ਆ। ਫਿਰ ਅਪਸੈੱਟ ਬੱਚਾ ਕੀ ਕਰਦਾ? ਪਿਓ ਨੂੰ ਵੀ ਅਪਸੈੱਟ ਕਰਦਾ, ਮਾਂ ਨੂੰ ਵੀ ਅਪਸੈੱਟ ਕਰਦਾ, ਸਾਰੇ ਘਰ ਨੂੰ ਅਪਸੈੱਟ ਕਰਦਾ। ਤੋ ਗੱਲ ਹੀ ਨਹੀਂ ਸਾਨੂੰ ਸਮਝ ਆਈ ਕਿ ਅਸੀਂ ਕਰਦੇ ਕੀ ਹਾਂ, ਕੀ ਸੈਟਿੰਗ ਕਰਨੀ ਆਪਾਂ? ਕੋਈ ਸੈਟਿੰਗ ਨਹੀਂ ਕਰਨੀ ਹੁੰਦੀ, ਕੋਈ ਚੀਜ਼ ਨਹੀਂ ਸਿਖਾਉਣੀ ਹੁੰਦੀ, ਉਹਨੂੰ ਸਿਰਫ ਜ਼ਿੰਮੇਵਾਰੀ ਲੈਣੀ ਸਿਖਾਉਣੀ ਹੁੰਦੀ ਹੈ। ਬਸ ਇੱਕ ਕੰਮ ਕਰਨਾ ਹੁੰਦਾ, ਉਹਨੂੰ ਜ਼ਿੰਮੇਵਾਰੀ ਲੈਣੀ ਸਿਖਾਉਣੀ ਹੁੰਦੀ ਹੈ। ਅਸੀਂ ਹਰ ਚੀਜ਼ ਦੇ ਵਿੱਚ ਗਲਤ ਚੱਲੇ ਹਾਂ। ਸਭ ਤੋਂ ਪਹਿਲਾਂ ਉਹਨਾਂ ਨੂੰ ਪੜ੍ਹਾਈ ਉਹ ਕਰਾਉਣੀ ਸ਼ੁਰੂ ਕਰਤੀ ਜਿਹੜੀ ਪੜ੍ਹਾਈ ਕਰਕੇ ਜਿਹਦੇ ਤੱਕ ਕੁਛ ਨਹੀਂ ਬਣਨਾ, ਐਂਡ ਪੜ੍ਹਾਈ ਦਾ ਪੱਧਰ ਇਹੋ ਜਿਹਾ ਰੱਖਤਾ ਜਿਹੜਾ ਇੰਨਾ ਬੋਰ ਹੋਏ ਕਿ ਬੱਚਾ ਉਸ ਤੋਂ ਕੰਬੇ। ਪੜ੍ਹਾਈ ਤੋਂ ਡਰਦੇ ਆ ਬੰਦੇ ਸੁਸਾਈਡ ਕਰ ਲੈਂਦੇ ਆ, ਪੜ੍ਹਾਈ ਤੋਂ ਡਰਦੇ ਬੱਚੇ ਸੁਸਾਈਡ ਕਰ ਲੈਂਦੇ ਆ। ਆਪਾਂ ਬੱਚਿਆਂ ਦੇ ਨਾਲ ਕਦੀ ਗੱਲਬਾਤ ਕਰਨੀ ਸਿੱਖੀ ਹੈ? ਮੈਨੂੰ ਨਹੀਂ ਲੱਗਦਾ ਪੰਜਾਬ ਦੇ ਵਿੱਚ 99% ਮਾਪੇ ਇਹੋ ਜਿਹੇ ਹੈ ਜਿਹੜੇ ਆਪਣੇ ਬੱਚਿਆਂ ਦੇ ਨਾਲ ਬੈਠ ਕੇ ਗੱਲਬਾਤ ਨਹੀਂ ਕਰ ਸਕਦੇ, ਉਹ ਥਰ ਥਰ ਕੰਬਦੇ ਆਪਣੇ ਬੱਚਿਆਂ ਨਾਲ ਗੱਲ ਕਰਨ ਤੋਂ। ਬੱਚਿਆਂ ਨੇ ਉਹਨਾਂ ਕੋਲੋਂ ਕੀ ਡਰਨਾ? ਉਹ ਬੱਚਿਆਂ ਕੋਲੋਂ ਡਰਦੇ ਆ ਕਿ ਬੱਚਿਆਂ ਨਾਲ ਗੱਲ ਕਿਵੇਂ ਕੀਤੀ ਜਾਏ, ਬੱਚਿਆਂ ਨੂੰ ਇਹ ਗੱਲ ਕਹਿਣੀ ਹੈ ਕਿਵੇਂ ਕਹੀ ਜਾਵੇ। ਸਾਨੂੰ ਤਾਂ ਕਹਿਣੀ ਨਹੀਂ ਆਉਂਦੀ ਗੱਲ, ਕਿਉਂ ਨਹੀਂ ਕਹਿਣੀ ਆਉਂਦੀ? ਕਿਉਂਕਿ ਸਿੱਖੀ ਨਹੀਂ ਆਪਾਂ। ਜੇ ਮਾਂ ਪਿਓ, ਪੰਜਾਬ ਦੇ ਮਾਂ ਪਿਓ ਨੇ ਆਪਣੇ ਬੱਚਿਆਂ ਨਾਲ ਗੱਲ ਕਰਨੀ ਨਾ ਸਿੱਖੀ, ਇਹ ਇਸ ਤਰ੍ਹਾਂ ਹੀ ਚੱਲਦਾ ਰਹਿਣਾ ਨਸ਼ਿਆਂ ਦੀ ਬਿਮਾਰੀ। ਅਸਲ ਚ ਰਿਜ਼ਲਟ ਜਿਹੜਾ ਹੈਗਾ ਗੱਲਬਾਤ ਨਾ ਕਰਨ ਦਾ, ਕਮਿਊਨੀਕੇਸ਼ਨ ਨਾ ਕਰਨ ਦਾ ਇੱਕ ਨਤੀਜਾ ਹੈ। ਇਹ ਸਾਰੀਆਂ ਚੀਜ਼ਾਂ ਹੁਣ ਸਿੱਖਣ ਵਾਲੀਆਂ। ਬੱਚੇ ਆਇਲਸ ਕਰ ਰਹੇ ਹੈ, ਬੱਚੇ ਆਇਲਸ ਕਿਉਂ ਕਰ ਰਹੇ? ਇੱਥੋਂ ਬਾਹਰ ਜਾਣ ਵਾਸਤੇ ਕਰ ਰਹੇ ਹੈ। ਕਿਉਂ? ਕਿਉਂਕਿ ਇੱਥੇ ਉਹਨਾਂ ਨੂੰ ਨਾ ਸਿਕਿਉਰਿਟੀ, ਨਾ ਸੇਫਟੀ, ਨਾ ਕੋਈ ਮਜ਼ਾ, ਨਾ ਕੋਈ ਸ਼ੌਂਕ, ਨਾ ਕੋਈ ਉਹਨਾਂ ਨੂੰ ਕੋਈ ਐਂਟਰਟੇਨਮੈਂਟ, ਨਾ ਖੇਡਾਂ, ਨਾ ਉਹਨਾਂ ਨੂੰ ਕੋਈ ਮਨ ਪਰਚਾਵਾ, ਨਾ ਉਹਨਾਂ ਨੂੰ ਕੋਈ ਸਰੂਰ, ਨਾ ਉਹਨਾਂ ਨੂੰ ਕੋਈ ਪਿਆਰ, ਕੁਛ ਨਹੀਂ ਮਿਲਦਾ, ਕੁਛ ਨਹੀਂ ਮਿਲਦਾ ਪਿਆ। ਆਇਲ ਸੈਂਟਰ ਭਰੇ ਪਏ ਆ। ਜੇ ਇਹੀ ਆਇਲ ਸੈਂਟਰ ਦੀ ਜਗ੍ਹਾ ਤੇ ਲਾਈਫ ਸਕਿੱਲ ਪ੍ਰੋਗਰਾਮ ਚੱਲਦੇ ਹੋਣ ਕਿ ਅਸੀਂ ਉਹਨਾਂ ਨੂੰ ਸਿਖਾਇਆ ਜਾਏ ਬੱਚਿਆਂ ਨੂੰ, ਬਾਅਦ ਚ ਜੋ ਸਿਖਾਉਣ ਡਏ ਆ, ਇੱਕ ਵਾਰੀ ਬੱਚਾ ਬਿਮਾਰ ਹੋ ਜਾਂਦਾ ਫਿਰ ਉਹਨੂੰ ਅਸੀਂ ਲਾਈਫ ਸਕਿੱਲ ਕਰਦੇ ਹਾਂ, ਕਿਉਂ ਨਾ ਆਪਾਂ ਲਾਈਫ ਸਕਿੱਲ ਉਹਨਾਂ ਨੂੰ ਪਹਿਲਾਂ ਸਿਖਾਏ ਜਾਣ? ਕਿਉਂ ਨਾ ਸ਼ਾਮ ਨੂੰ ਸਕੂਲਾਂ ਦੇ ਵਿੱਚ ਅੱਧਾ ਟਾਈਮ ਇਸ ਚੀਜ਼ ਦਾ ਲਾਇਆ ਜਾਏ ਵੀ ਲਾਈਫ ਸਕਿੱਲ ਕਿਵੇਂ ਕਰਨੇ ਆ, ਗੱਲਬਾਤ ਕਿਵੇਂ ਕਰੀਦੀ ਹੈ, ਆਪਣੇ ਆਪ ਨੂੰ ਕਿਵੇਂ ਸਮਝੀਦਾ, ਆਪਣੇ ਮੂਡ ਨੂੰ ਕਿਵੇਂ ਠੀਕ ਰੱਖੀਦਾ, ਆਪਣੀ ਰਿਸਪੋਂਸੀਬਿਲਟੀ ਕਿਵੇਂ ਲਈਦੀ ਹੈ। ਕਿਉਂਕਿ ਅਸੀਂ ਆਪ ਰਿਸਪੋਂਸੀਬਿਲਟੀ ਕਦੀ ਨਹੀਂ ਲਈ, ਇਸ ਕਰਕੇ ਅਸੀਂ ਬੱਚਿਆਂ ਨੂੰ ਵੀ ਆਪਣੀ ਰਿਸਪੋਂਸੀਬਿਲਟੀ ਨਹੀਂ ਲੈਣ ਦਿੱਤੀ। ਰਿਸਪੋਂਸੀਬਿਲਟੀ ਲੈਣ ਦਾ ਮਤਲਬ ਹੁੰਦਾ ਕਿ ਜਿਹੜਾ ਕੰਮ ਉਹ ਕਰ ਸਕਦਾ ਉਹਨੂੰ ਆਪਾਂ ਕੰਮ ਨਹੀਂ ਕਰਨ ਦਿੰਦੇ ਕਿਸੇ ਵੀ ਕਾਰਨ ਕਰਕੇ। ਭਾਵੇਂ ਤਾਂ ਸਾਡਾ ਪਿਆਰ ਆ ਜਾਏ ਤੇ ਭਾਵੇਂ ਸਾਡੀ ਨਫ਼ਰਤ ਆ ਜਾਏ, ਅਸੀਂ ਉਸ ਬੱਚੇ ਨੂੰ ਉਹ ਕੰਮ ਨਹੀਂ ਕਰਨ ਦੇ ਰਹੇ ਜਿਹੜੇ ਜਿਸ ਕੰਮ ਦੇ ਉਹ ਕਾਬਲ ਹੈ। ਦੂਜੀ ਗੱਲ, ਸਾਨੂੰ ਇੰਨਾ ਡਰ ਲੱਗਦਾ ਬੱਚਿਆਂ ਕੋਲੋਂ ਕਿ ਜਿਹੜੇ ਬੱਚੇ ਅੱਜ ਕੋਈ ਵੀ ਡਿਮਾਂਡ ਰੱਖਦੇ ਆ, ਇੱਕ ਸੈਕਿੰਡ ਦੇ ਵਿੱਚ ਉਹ ਡਿਮਾਂਡ ਅਸੀਂ ਪੂਰੀ ਕਰ ਦਿੰਦੇ ਹਾਂ। ਬੱਚਾ ਰੋਂਦਾ ਉਸੇ ਵੇਲੇ ਉਹਨੂੰ ਦੁੱਧ ਪਿਆ ਦਿੰਦੇ ਹਾਂ ਤਾਂ ਕਿ ਬੱਚੇ ਨੂੰ ਰੋਣਾ ਹੀ ਨਾ ਆਏ। ਬੱਚਾ ਬਿਮਾਰ ਤਾਂ ਬਿਮਾਰ ਮਾਨਸਿਕਤਾ ਨਾਲ ਰਹੇ, ਬਿਮਾਰ ਮਾਨਸਿਕਤਾ ਨਾਲ ਜੰਮੇ, ਬਿਮਾਰ ਮਾਨਸਿਕਤਾ ਨਾਲ ਵੱਡਾ ਹੋਏ, ਐਂਡ ਬਾਅਦ ਚ ਜਾ ਕੇ ਉਹਨੂੰ ਲਾਈਫ ਦੇ ਵਿੱਚ ਮਾਂ ਪਿਓ ਨੇ ਕਿੱਥੇ ਰਹਿਣਾ ਹੁੰਦਾ? ਉਸ ਬੱਚੇ ਨੇ ਜਾ ਕੇ ਹੋਸਟਲ, ਯੂਨੀਵਰਸਿਟੀਆਂ, ਹੋਰ ਜਗ੍ਹਾ ਤੇ ਜਾਣਾ ਹੁੰਦਾ ਜਿੱਥੇ ਉਹਨੇ ਕੋਈ ਐਜੂਕੇਸ਼ਨ ਲੈਣੀ ਹੁੰਦੀ ਹੈ, ਪਰ ਉਹਨੂੰ ਤਾਂ ਆਪਾਂ ਸਿਖਾਇਆ ਹੀ ਨਹੀਂ। ਸੋਸ਼ਲ ਕਿਵੇਂ ਕਿਸੇ ਨਾਲ ਕਰਨਾ, ਸੋਸ਼ਲਾਈਜ਼ ਕਿਵੇਂ ਕਰੀਦਾ, ਗੱਲਬਾਤ ਕਿਵੇਂ ਕਰੀਦੀ, ਦੋਸਤ ਕਿਵੇਂ ਬਣਾਈਦੇ, ਦੋਸਤੀ ਦਾ ਮਤਲਬ ਕੀ ਹੁੰਦਾ? ਹਰ ਦੋਸਤੀ ਦਾ ਮਤਲਬ ਪਿਆਰ ਨਹੀਂ ਹੁੰਦਾ, ਹਰ ਪਿਆਰ ਦਾ ਮਤਲਬ ਰਿਲੇਸ਼ਨਸ਼ਿਪ ਨਹੀਂ ਹੁੰਦੇ, ਹਰ ਰਿਲੇਸ਼ਨਸ਼ਿਪ ਦਾ ਮਤਲਬ ਸੈਕਸ ਨਹੀਂ ਹੁੰਦਾ, ਹਰ ਸੈਕਸ ਦਾ ਮਤਲਬ ਕੋਈ, ਸਾਨੂੰ ਕੁਝ ਪਤਾ ਹੀ ਨਹੀਂ ਅਸੀਂ ਸਿਖਾਇਆ ਕੀ ਹੈ।
ਜਦੋਂ ਨਹੀਂ ਸਿਖਾਇਆ ਤਾਂ ਫਿਰ ਉਹਨਾਂ ਨੂੰ ਕਰਨਾ ਕੀ ਆਉਂਦਾ? ਜਦੋਂ ਉਹ ਜਾਂਦੇ ਯੂਨੀਵਰਸਿਟੀਆਂ ਦੇ ਵਿੱਚ, ਜਦੋਂ ਉਹ ਜਾਂਦੇ ਹੋਸਟਲਾਂ ਦੇ ਵਿੱਚ, ਉਹ ਇੰਨੇ ਖਰੇ ਖਾਲੀ ਹੁੰਦੇ ਆ, ਇੰਨੇ ਭਰੇ ਪੀਤੇ ਹੁੰਦੇ ਆ, ਨਾ ਉਹਨਾਂ ਨੂੰ ਪਤਾ ਹੁੰਦਾ ਵੀ ਸਾਡੇ ਅੰਦਰ ਕੀ ਹੈ, ਨਾ ਮੇਰੀ ਵਜੂਦ ਕੀ ਹੈ, ਨਾ ਮੇਰੀ ਪਰਸਨੈਲਿਟੀ ਕੀ ਹੈ, ਨਾ ਆਪਣੇ ਆਪ ਨਾਲ ਕੋਈ ਪਿਆਰ, ਨਾ ਆਪਣੇ ਆਪ ਨਾਲ ਕੋਈ ਚੀਜ਼, ਉਹਨੂੰ ਉਹ ਤੇਰਾ ਨੁਕਸਾਨ ਹੋ ਜੂ, ਕਹਿੰਦਾ ਕਈ ਬੜਾ ਹੋਇਆ ਪਿਆ, ਉਹਨੂੰ ਡਰ ਕੀ ਦਿਓਗੇ ਤੁਸੀਂ? ਨਾ ਉਹਨੇ ਅੱਜ ਤੱਕ ਕਿਸੇ ਬੱਚੇ ਨੂੰ ਕਿਸੇ ਨੇ ਸਿਖਾਇਆ ਹੋਏ ਕਿ ਤੇਰੀ ਆਪਣੀ ਜ਼ਿੰਦਗੀ ਦੇ ਵਿੱਚ ਜਦੋਂ ਤੇਰੀ ਲਾਈਫ ਅੱਗੇ ਚੱਲੇਗੀ ਉਹਨੂੰ ਤੂੰ ਸਜਣਾ ਸਵਰਨਾ ਕਿਵੇਂ ਹੈ, ਤੂੰ ਆਪਣੀ ਲਾਈਫ ਨੂੰ ਕਿਵੇਂ ਵਧੀਆ ਜੀਣਾ, ਤੂੰ ਆਪਣੇ ਰਿਸ਼ਤੇਦਾਰਾਂ ਰਿਸ਼ਤੀਆਂ ਨੂੰ ਕਿਵੇਂ ਸੰਭਾਲ ਕੇ ਰੱਖਣਾ, ਤੂੰ ਆਪਣੀ ਪਰਸਨੈਲਿਟੀ ਨੂੰ ਕਿਵੇਂ ਮੇਨਟੇਨ ਕਰਕੇ ਰੱਖਣਾ, ਤੂੰ ਆਪਣੇ ਆਪ ਨੂੰ ਆਊਟਲੁੱਕ ਨੂੰ ਕਿਵੇਂ ਮੇਨਟੇਨ ਕਰਕੇ ਰੱਖਣਾ, ਤੇਰੀ ਗੱਲ ਦੇ ਵਿੱਚ ਕਿੰਨੀ ਕੁ ਸ਼ੋ ਹੈ, ਤੇਰੀ ਅਟੈਂਡੈਂਸ ਦੇ ਵਿੱਚ ਤੇਰੇ ਹੋਣ ਦਾ ਕਿੰਨਾ ਮਤਲਬ ਹੋਣਾ ਚਾਹੀਦਾ ਘਰ ਦੇ ਵਿੱਚ, ਤੈਨੂੰ ਗੱਲਬਾਤ ਕਿਸ ਤਰ੍ਹਾਂ ਕਰਨੀ ਚਾਹੀਦੀ ਹੈ, ਕਿਹੜੀ ਗੱਲ ਕਦੋਂ ਕਹਿਣੀ ਹੈ, ਕਿਸ ਤਰ੍ਹਾਂ ਕਰਨੀ ਹੈ, ਅਸੀਂ ਜ਼ਿੰਮੇਵਾਰੀਆਂ ਸਿਖਾਉਂਦੇ ਹੀ ਨਹੀਂ। ਜੇ ਤੁਸੀਂ ਮੇਰੇ ਕੋਲ ਇੱਕ ਕਾਰਨ ਪੁੱਛੋ ਨਾ ਪੰਜਾਬ ਦੇ ਵਿੱਚ ਨਸ਼ਿਆਂ ਦਾ, ਤੇ ਉਹਦਾ ਇੱਕੋ ਮਤਲਬ ਹੈ, ਅਸੀਂ ਜ਼ਿੰਮੇਵਾਰੀ ਲੈਣਾ ਨਹੀਂ ਸਿਖਾਉਂਦੇ। ਐਂਡ ਅਲਟੀਮੇਟਲੀ ਸਾਡੇ ਮਾਂ ਪਿਓ ਇਹ ਸਿਖਾਉਂਦੇ ਪਏ ਹੈ ਕਿ ਠੇਕੇ ਤੇ ਦੇ ਦਿਓ ਜ਼ਮੀਨ, ਕਿਰਾਏ ਵਾਲੇ ਕੰਮ ਕਰ ਲਓ, ਪੈਸਾ ਬੈਠੇ ਬਿਠਾਏ ਬਗੈਰ ਮਿਹਨਤ ਤੋਂ ਆ ਜਾਏ, ਸਾਨੂੰ ਕੋਈ ਕੰਮ ਨਾ ਕਰਨਾ ਪਵੇ, ਅਸੀਂ ਹੱਡ ਆਰਾਮ ਰਹੀਏ, ਕੋਈ ਜ਼ਿੰਮੇਵਾਰੀ ਨਾ ਲੈਣੀ ਪਵੇ, ਜਿੱਥੇ ਕੁੜਤੇ ਪਜਾਮੇ ਪਾਈਏ ਤੇ ਮੈਰਿਜ ਦਾ ਅਟੈਂਡ ਕਰੀਏ, ਅਸੀਂ ਕੰਮ ਨੂੰ ਇੰਨਾ ਨੀਵਾਂ ਸਮਝਦੇ ਹਾਂ ਕਿ ਇਹ ਕੰਮ ਨਹੀਂ ਇੱਥੇ ਕਰਨਾ। ਉਹੀ ਬੱਚੇ ਸਾਡੇ ਜਾ ਕੇ ਦੁਬਈ, ਕਤਰ, ਬਾਕੀ ਦੁਨੀਆਂ ਵਾਸਤੇ ਨੌਕਰੀਆਂ ਕਰ ਰਹੇ ਆ, ਆਪਣੇ ਵਾਸਤੇ ਇੱਥੇ ਨਹੀਂ ਕਰਦੇ। ਨਾ ਅਸੀਂ ਉਹਨਾਂ ਨੂੰ ਨੌਕਰੀਆਂ ਪ੍ਰੋਵਾਈਡ ਕਰ ਸਕੇ, ਨਾ ਅਸੀਂ ਉਹਨਾਂ ਨੂੰ ਸੈਟਿਸਫਾਈ ਕਰ ਸਕੇ, ਕੋਈ ਕੁਛ ਕਰ ਹੀ ਨਹੀਂ ਸਕੇ। ਮੈਨੂੰ ਅੱਜ ਦੱਸੋ ਕਿ ਪੰਜਾਬ ਦੇ ਵਿੱਚ ਕੋਈ ਪ੍ਰੋਗਰਾਮ ਚੱਲ ਰਿਹਾ ਹੋਏ ਜਿਹੜਾ ਇਹਨਾਂ ਨੂੰ ਸੈਟਿਸਫਾਈ ਕਰਦੇ ਕਿ ਬੱਚੇ ਨੂੰ ਆਪਣੇ ਹੋਣ ਦਾ ਮਜ਼ਾ ਆਏ, ਆਪਣੀ ਜ਼ਿੰਦਗੀ ਦਾ ਲੁਤਫ ਆਏ, ਆਪਣੇ ਅੰਦਰ ਦਾ ਇੱਕ ਸਰੂਰ ਪੈਦਾ ਹੋਏ, ਆਪਣੇ ਅੰਦਰ ਦਾ ਇਕੱਲਾਪਨ ਨਾ ਪੈਦਾ ਹੋਏ, ਜਿਹੜੇ ਉਹਦੇ ਸ਼ੌਂਕ ਹੈ ਉਹਨਾਂ ਨੂੰ ਕੋਈ ਇੱਜ਼ਤ ਦੇਵੇ। ਕਦੀ ਕੋਈ ਇੱਜ਼ਤ ਦਿੱਤੀ ਆਪਾਂ? ਨਾ ਅਸੀਂ ਬੱਚਿਆਂ ਨੂੰ ਇੱਜ਼ਤ ਦਿੱਤੀ, ਨਾ ਬੱਚਿਆਂ ਨੇ ਸਾਨੂੰ ਇੱਜ਼ਤ ਦਿੱਤੀ। ਸਾਡੇ ਘਰਾਂ ਦੇ ਵਿੱਚ ਮਾਮਲੇ ਕੀ ਹੈ? ਇੱਜ਼ਤ, ਬੇਇੱਜ਼ਤ, ਬੇਇੱਜ਼ਤੀ ਕਰਨੀ, ਨੁਕਸ ਕੱਢਣੇ, ਕ੍ਰਿਟੀਕਲ ਹੋਣਾ, ਉਹਦੀਆਂ ਜਿਹੜੀਆਂ ਕਮਜ਼ੋਰੀਆਂ ਉਹਨਾਂ ਨੂੰ ਉਛਾਲ ਉਛਾਲ ਕੇ ਵੱਡਾ ਕਰਨਾ, ਉਹ ਨਸ਼ਾ ਨਹੀਂ ਕਰੇਗਾ ਤੇ ਹੋਰ ਕੀ ਕਰੇਗਾ? ਤੁਸੀਂ ਦੱਸੋ ਕੀ ਕਰੇਗਾ ਉਹ? ਇਹ ਸਾਰੀਆਂ ਗੱਲਾਂ ਸੁਣ ਕੇ ਉਹਦਾ ਮਨ ਬਹੁਤ ਖੁਸ਼ ਰਹੇਗਾ, ਤੇ ਜੇ ਉਹਦਾ ਮਨ ਉਦਾਸ ਰਹੇਗਾ ਤੇ ਫਿਰ ਮਨ ਉਦਾਸੀ ਵਾਸਤੇ ਉਹ ਕੀ ਕਰੇਗਾ? ਤੁਸੀਂ ਤੇ ਕੁਛ ਕੀਤਾ ਨਹੀਂ, ਨਾ ਉਹਨੂੰ ਕੋਈ ਗੇਮ ਵਿੱਚ ਹਿੱਸਾ ਮਿਲਿਆ, ਨਾ ਉਹਨੂੰ ਕੋਈ ਕਿਤੇ ਕੋਈ ਪਾਰਟੀਸਪੇਸ਼ਨ ਮਿਲੀ, ਨਾ ਉਹਨੂੰ ਕੋਈ ਰੈਕਗਨੇਸ਼ਨ ਮਿਲੀ, ਨਾ ਉਹਨੂੰ ਕੋਈ ਅਵਾਰਡ ਮਿਲਿਆ, ਨਾ ਉਹਨੂੰ ਸਕੂਲ ਦੇ ਪ੍ਰਿੰਸੀਪਲ ਨੇ ਬੁਲਾ ਕੇ ਪਿਆਰ ਨਾਲ ਕੁਛ ਕਿਹਾ, ਤੇ ਉਹ ਕੀ ਕਰੂਗਾ ਬੱਚਾ? ਉਹ ਬੱਚਾ ਅਲਟੀਮੇਟਲੀ ਸਿਰਫ ਨਸ਼ੇ ਕਰਨ ਜੋਗਾ ਰਹਿ ਗਿਆ। ਅਸੀਂ ਉਹਨਾਂ ਨੂੰ ਬੱਚਿਆਂ ਨੂੰ ਤਿਆਰ ਹੀ ਇਸ ਤਰ੍ਹਾਂ ਦਾ ਕਰ ਰਹੇ ਹਾਂ ਕਿ ਉਹਨਾਂ ਨੂੰ ਜ਼ਿੰਦਗੀ ਦੇ ਵਿੱਚ ਹੋਰ ਕੋਈ ਕੰਮ ਨਾ ਕਰਨਾ ਆਉਂਦਾ ਆਉਂਦਾ ਹੋਏ, ਸਿਰਫ ਤੇ ਸਿਰਫ ਨਸ਼ੇ ਕਰਨੇ ਆਉਂਦੇ ਹੋਣ। ਕਿਉਂਕਿ ਜਿਹੜੇ ਬੱਚੇ ਆਪ ਨਸ਼ਿਆਂ 'ਚ ਫਸੇ ਹੁੰਦੇ ਆ, ਉਹ ਬੜੇ ਪਿਆਰ ਨਾਲ ਤੁਹਾਨੂੰ ਨਸ਼ਿਆਂ ਦੇ ਵਿੱਚ ਫਸਾਉਣ ਦੇ ਵਿੱਚ ਬੜੇ ਮਾਹਿਰ ਹੁੰਦੇ ਆ। ਕਿਉਂ? ਕਿਉਂਕਿ ਅਸੀਂ ਬਾਕੀ ਚੀਜ਼ਾਂ ਨਹੀਂ ਕਰ ਸਕਦੇ, ਬਾਕੀ ਚੀਜ਼ਾਂ ਦੇ ਵਿੱਚ ਮਿਹਨਤ ਕਰਨੀ ਪੈਂਦੀ ਹੈ। ਅਸੀਂ ਕਿਉਂ ਨਹੀਂ ਚੰਗੇ ਰੋਲ ਮਾਡਲ ਬਣ ਸਕਦੇ? ਅਸੀਂ ਕਿਉਂ ਨਹੀਂ ਆਪਣੇ ਬੱਚਿਆਂ ਨਾਲ ਗੱਲ ਕਰ ਸਕਦੇ? ਕਿਉਂਕਿ ਅਸੀਂ ਆਪ ਹੀ ਰੋਲ ਮਾਡਲ ਨਹੀਂ ਹੈਗੇ, ਅਸੀਂ ਆਪ ਹੀ ਖੋਖਲੇ ਹਾਂ। ਅਸੀਂ ਆਪ ਹੀ ਆਪਣੇ ਭੈਣਾਂ ਭਰਾਵਾਂ ਤੇ ਮਾਂ ਪਿਓ ਨਾਲ ਉਹੋ ਜਿਹੇ ਰਿਲੇਸ਼ਨਸ਼ਿਪ ਰੱਖੇ ਜਿਹੜੇ ਸਾਡੇ ਬੱਚੇ ਦੇਖ ਕੇ ਕਹਿੰਦੇ ਆਹ ਹੀ ਅਸਲੀ ਰਿਲੇਸ਼ਨਸ਼ਿਪ ਹੁੰਦਾ, ਆਹ ਰਿਸ਼ਤੇ ਹੁੰਦੇ ਆ ਜਿਹਨਾਂ ਦੇ ਉੱਪਰ ਕੰਮ ਕਰੀਦਾ। ਇਹਨਾਂ ਰਿਸ਼ਤਿਆਂ ਨੂੰ ਦੇਖ ਕੇ ਬੱਚੇ ਕੀ ਕਰਨਗੇ? ਬੱਚੇ ਵੀ ਉਹੋ ਜਿਹੇ ਰਿਸ਼ਤੇਦਾਰ ਬਣਾਉਣਗੇ? ਬੱਚੇ ਵੀ ਬਾਹਰ ਉਹੋ ਜਿਹੇ ਰਿਸ਼ਤੇ ਲੱਭਦੇ ਆ? ਬੱਚਿਆਂ ਨੂੰ ਵੀ ਬਾਹਰ ਉਹੋ ਜਿਹੀ ਚਾਹੀਦੀ ਹੈ? ਅਸੀਂ ਨਹੀਂ ਕੰਮ ਕਰਦੇ ਪਏ। ਪੰਜਾਬ ਦਾ ਕੁਛ ਨਹੀਂ ਬਣਨਾ, ਪੰਜਾਬ ਦੀ ਮਾਨਸਿਕਤਾ ਬਿਮਾਰ ਹੈ। ਮੈਂ ਬਾਰ ਬਾਰ ਕਹੂੰਗਾ, ਪੰਜਾਬ ਦੀ ਮਾਨਸਿਕਤਾ ਨੂੰ ਸਵਾਰਨ ਵਾਸਤੇ ਬਹੁਤ ਵੱਡੀ ਲਹਿਰ ਚਾਹੀਦੀ ਹੈ। ਸਾਰਾ ਦਾ ਸਾਰਾ ਪੰਜਾਬ ਇਕੱਠਾ ਹੋਏ, ਉਹ ਇਸ ਲਹਿਰ ਨੂੰ ਮੰਨੇ, ਉਹ ਜਿਹੜੇ ਸਾਡੇ ਗੁਰੂਆਂ ਦੀਆਂ ਕਈਆਂ ਸਿੱਖਿਆਵਾਂ ਦੇ ਉੱਪਰ ਚੱਲੇ, ਸਿਰਫ ਇਹ ਨਹੀਂ ਪੜ੍ਹ ਛੜਿਆ, ਸਿਰਫ ਇਹ ਨਹੀਂ ਮੰਨ ਛੜਿਆ, ਉਹਨਾਂ ਨੂੰ ਪ੍ਰੈਕਟੀਕਲ ਰੂਪ ਦੇ ਵਿੱਚ ਆਪਣੀ ਜ਼ਿੰਦਗੀ 'ਚ ਲਿਆਏ, ਤਾਂ ਹੀ ਪੰਜਾਬ ਦਾ ਕੁਛ ਬਣ ਸਕਦਾ, ਨਹੀਂ ਤਾਂ ਕੁਛ ਨਹੀਂ ਬਣ ਸਕਦਾ। ਕਦੀ ਸਪਲਾਈ ਲਾਈਨ ਆ ਗਈ, ਕਦੀ ਅਫਗਾਨਿਸਤਾਨ ਆ ਗਿਆ, ਕਦੀ ਇਹ ਆ ਗਿਆ, ਕਦੀ ਪਾਕਿਸਤਾਨ ਆ ਗਿਆ, ਕਦੀ ਬਾਰਡਰ ਏਰੀਆ ਆ ਗਿਆ, ਸਭ ਐਵੇਂ ਹੀ ਹੈ। ਜੇ ਸਾਡੇ ਬੱਚੇ ਪੂਰੇ ਤਿਆਰ ਹੈ, ਜੇ ਸਾਡੇ ਬੱਚੇ ਪੂਰੇ 100% ਆਪਣੀ ਜ਼ਿੰਦਗੀ ਨੂੰ, ਰਿਸਪੋਂਸੀਬਿਲਟੀ ਨੂੰ ਲੈਣ ਵਾਸਤੇ ਤਿਆਰ ਹੈ, ਫਿਰ ਉਹ ਸਭ ਕੁਛ ਕਰ ਸਕਦੇ ਆ। ਫਿਰ ਉਹ ਆਪਣੀਆਂ ਪੜ੍ਹਾਈਆਂ ਵੀ ਕੰਪਲੀਟ ਕਰ ਸਕਦੇ ਆ, ਵਿਆਹ ਵੀ ਕਰ ਸਕਦੇ ਆ, ਬੱਚੇ ਵੀ ਕਰ ਸਕਦੇ ਆ, ਬਾਹਰ ਵੀ ਜਾ ਸਕਦੇ ਆ, ਜਿੱਥੇ ਮਰਜ਼ੀ ਜਾਣ ਉਹ ਸ਼ਾਈਨ ਹੀ ਸ਼ਾਈਨ ਕਰਨਗੇ। ਤੇ ਜੇ ਬੱਚੇ ਨੇ ਕੋਈ ਸਿੱਖਿਆ ਹੀ ਨਹੀਂ ਹੈ, ਉਹਨੂੰ ਭਾਵੇਂ ਜਿੱਥੇ ਮਰਜ਼ੀ ਭੇਜ ਦਿਓ, ਉਹਨੂੰ ਜੋ ਮਰਜ਼ੀ ਜੋ ਉਹਨੂੰ ਦਿਓਗੇ, ਉਹਨੇ ਉਹਦਾ ਹੀ ਨਸ਼ਾ ਬਣਾ ਲੈਣਾ। ਜੇ ਉਹ ਕੋਲ ਪੈਸਾ ਆ ਗਿਆ, ਉਹਨੇ ਪੈਸੇ ਦਾ ਨਸ਼ਾ ਬਣਾ ਲੈਣਾ। ਜੇ ਉਹ ਕੋਲ ਪਾਵਰ ਆ ਗਈ, ਉਹਨੇ ਪਾਵਰ ਦਾ ਨਸ਼ਾ ਬਣਾ ਲੈਣਾ। ਉਹਨੇ ਜਿਹੜੀ ਚੀਜ਼ ਤੁਸੀਂ ਉਹਨੂੰ ਦਿਓਗੇ ਨਾ, ਵੀ ਲੈ ਕੋ ਕਾਕਾ ਤੇਰੇ ਵਾਸਤੇ ਮੈਂ ਇਹ ਚੀਜ਼ ਰੱਖੀ ਹੈ, ਉਹਨੂੰ ਆਪਾਂ ਸੈੱਟ ਕਰਾਂਗੇ, ਉਹ ਅਪਸੈਟ ਕਰੇਗਾ, ਉਹ ਤੁਹਾਨੂੰ ਹੋਰ ਅਪਸੈਟ ਕਰੇਗਾ ਕਿ ਮੈਂ ਸਾਰੀ ਉਮਰ ਦੀ ਕਮਾਈ ਤੇ ਲਾਤੀ, ਤੂੰ ਉਹਨੇ ਉਜਾੜਤੀ। ਕਿਉਂਕਿ ਤੁਸੀਂ ਸਿਖਾਏ ਉਜਾੜਨਾ, ਤੁਸੀਂ ਕਮਾਈ ਨਾਲੋਂ ਉਹਨੂੰ ਕੰਮ ਕਰਨ ਦੀ ਆਦਤ ਪਾ ਦਿੰਦੇ, ਉਹਨੂੰ ਰਿਸਪੋਂਸੀਬਿਲਟੀ ਲੈਣੀ ਸਿਖਾ ਦਿੰਦੇ,
ਉਹਨੂੰ ਆਪਣੇ ਆਪ ਨੂੰ ਸੰਭਾਲਣਾ ਸਿਖਾ ਦਿੰਦੇ, ਉਹਨੂੰ ਆਪਣੀ ਗਰੋਥ ਕਰਨੀ ਸਿਖਾ ਦਿੰਦੇ, ਉਹਨੂੰ ਕੋਈ ਪੜ੍ਹਨਾ ਲਿਖਣਾ ਸਿਖਾ ਦਿੰਦੇ, ਉਹਦੀ ਐਜੂਕੇਸ਼ਨ ਦੇ ਵਿੱਚ ਕੋਈ ਖਾਸੀਅਤ ਲੈ ਦਿੰਦੇ, ਉਹਨੂੰ ਕੋਈ ਖਾਸ ਤਰੀਕਾ ਦੱਸਦੇ, ਉਹਨੂੰ ਸਿਰਫ ਪੈਸਾ 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 ਜਾਂ ਜ਼ਮੀਨਾਂ ਜਾਂ ਇਹ ਸਾਰੀਆਂ ਚੀਜ਼ਾਂ ਤੇ ਜਾਂ ਕਾਰਾਂ ਦੀਆਂ ਟੌਹਲਾਂ ਤੇ ਨਾ ਲਾਉਂਦੇ, ਉਹਨਾਂ ਨੂੰ ਜ਼ਿੰਦਗੀ ਅਸਲ ਜ਼ਿੰਦਗੀ ਦੀ ਮਕਸਦ ਸਮਝਾ ਦਿੰਦੇ, ਫਿਰ ਸ਼ਾਇਦ ਅਸੀਂ ਸਕਸੈਸਫੁਲ ਹੋ ਜਾਂਦੇ। ਇਹ ਸਾਰਾ ਉਹ ਖੋਖਲਾਪਨ ਹੈ ਜਿਹੜੀਆਂ ਸਾਡੀਆਂ ਰਹਿ ਗਈਆਂ ਤਰੁੱਟੀਆਂ ਨੂੰ ਅੱਜ ਨਸ਼ਿਆਂ ਦੇ ਨਾਲ ਭਰ ਰਹੇ ਆ, ਉਹਨਾਂ ਦਾ ਕੋਈ ਕਸੂਰ ਨਹੀਂ ਹੈ। ਮੈਨੂੰ ਨਹੀਂ ਲੱਗਦਾ ਕਿ ਆਪਾਂ ਕੋਈ ਵੀ ਇਹੋ ਜਿਹਾ ਪ੍ਰੋਗਰਾਮ ਗੌਰਮੈਂਟ ਵੱਲੋਂ ਜਾਂ ਐਨਜੀਓਜ਼ ਵੱਲੋਂ ਜਾਂ ਕਿਸੇ ਵੀ ਸੰਸਥਾ ਵੱਲੋਂ ਇਹੋ ਜਿਹਾ ਪ੍ਰੋਗਰਾਮ ਹੋਊਗਾ ਜਿਹੜਾ ਕਿ ਸਾਡੀ ਮਾਨਸਿਕਤਾ ਨੂੰ ਚੇਂਜ ਕਰਦੇ, ਬਿਮਾਰ ਮਾਨਸਿਕਤਾ ਨੂੰ ਠੀਕ ਕਰਦੇ। ਮੈਂ ਦੇਖਿਆ ਆਪਣੇ ਹਰਮੀਟੇਜ ਦੇ ਵਿੱਚ ਸਾਰਾ ਦਾ ਸਾਰਾ ਪ੍ਰੋਗਰਾਮ ਕੀ ਹੈ, ਲੋਕਾਂ ਨੂੰ ਜ਼ਿੰਮੇਵਾਰੀ ਦੇਣੀ, ਜ਼ਿੰਮੇਵਾਰੀ ਦਿਓ ਤੇ ਬੰਦਾ ਚੇਂਜ, ਜ਼ਿੰਮੇਵਾਰੀ ਲੈ ਲਓ ਉਹਦੇ ਕੋਲੋਂ ਤੇ ਬੰਦਾ ਖਤਮ। ਆਪਾਂ ਆਪਣੇ ਘਰਾਂ ਦੇ ਵਿੱਚ ਕਿਹੜੇ ਬੰਦੇ ਨੇ ਕਦੀ 2 ਸਾਲ ਦੇ ਬੱਚੇ ਤੋਂ ਲੈ ਕੇ 18, 20, 22 ਸਾਲ ਦੀ ਉਮਰ ਤੱਕ ਕੋਈ ਜ਼ਿੰਮੇਵਾਰੀ ਦਿੱਤੀ ਹੋਏ? ਜੇ ਦਿੱਤੀ ਹੈ ਤਾਂ ਸਿਰਫ ਇਸ ਵਾਸਤੇ ਵੀ ਇਹਦੇ ਕੋਲੋਂ ਇਹ ਕੰਮ ਨਾ ਹੋਏ ਤੇ ਫਿਰ ਮੈਂ ਇੱਥੇ ਹੱਸ ਸਕਾਂ ਜਾਂ ਇਹਦਾ ਮਜ਼ਾਕ ਬਣਾ ਸਕਾਂ ਜਾਂ ਇਹਨੂੰ ਉੜਾ ਸਕਾਂ? ਅਸੀਂ ਸਿਰਫ ਤੇ ਸਿਰਫ ਉਹਨੂੰ ਕੀ ਕਹਿੰਦੇ ਪਏ ਹਾਂ, ਅਸੀਂ ਸਿਰਫ ਤੇ ਸਿਰਫ ਉਹਨੂੰ ਕਹਿੰਦੇ ਪਏ ਹਾਂ ਕਿ ਬਸ ਮੈਂ ਸਿਰਫ ਤੈਨੂੰ ਜ਼ਿੰਮੇਵਾਰੀ ਇਸ ਕਰਕੇ ਦਿੱਤੀ, ਮੈਂ ਦੇਖਣਾ ਚਾਹੁੰਦਾ ਤੂੰ ਕੀ ਕਰ ਸਕਦਾ। ਜਿਹੜਾ ਬੰਦਾ ਪ੍ਰੂਵ ਕਰੇ ਉਹ ਇੰਪਰੂਵ ਨਹੀਂ ਕਰ ਸਕਦਾ। ਕਿਸੇ ਨੇ ਅਸੀਂ ਬੱਚਿਆਂ ਦੇ ਵਿੱਚ ਇੰਨੇ ਗੁਣ ਹੈ, ਬੱਚਿਆਂ ਦੇ ਵਿੱਚ ਇੰਨੇ ਟੈਲੈਂਟ ਹੈ, ਬੱਚਿਆਂ ਦੇ ਵਿੱਚ ਇੰਨੀ ਕ੍ਰੀਏਟਿਵਿਟੀ ਹੈ, ਬੱਚਿਆਂ ਦੇ ਵਿੱਚ ਇੰਨੇ ਨਵੇਂ ਖਿਆਲ ਆਉਂਦੇ ਹੈ, ਅਸੀਂ ਉਹਨਾਂ ਬੱਚਿਆਂ ਦੇ ਨਵੇਂ ਖਿਆਲਾਂ ਨੂੰ ਕਦੀ ਕੋਈ ਬਹੁਤ ਵਧੀਆ ਕਦਰਾਂ ਨਾਲ ਦੇਖਿਆ? ਅਸੀਂ ਆਪਣੇ ਪੁਰਾਣੇ ਘਸੇ ਪਿੱਟੇ ਬਲੀਫ ਸਿਸਟਮ ਲੈ ਕੇ ਬੈਠੇ ਹਾਂ, ਸਾਡੇ ਪਿਓ ਨੇ ਸਾਨੂੰ ਇਹ ਸਿਖਾਇਆ ਸੀ, ਸਾਡੇ ਦਾਦੇ ਨੇ ਸਾਨੂੰ ਇਹ ਸਿਖਾਇਆ ਸੀ, ਤੈਨੂੰ ਇਹ ਕਰਨਾ ਪਊਗਾ, ਪੈਰੀ ਹੱਥ ਲਾ, ਪੈਰੀ ਹੱਥ ਲਾ, ਇਹ ਕਰ, ਉਹ ਕਰ, ਦਿਲੋਂ ਇੱਜ਼ਤ ਨਾ ਕਰ, ਪੈਰੀ ਹੱਥ ਲਾ, ਦੁਸ਼ਮਣ ਦੇ ਵੀ ਪੈਰੀ ਹੱਥ ਲਾ, ਇਹ ਸਭ ਬਕਵਾਸ ਹੈ। ਕਿਉਂ ਤੇਰੀਆਂ ਦੁਸ਼ਮਣੀਆਂ, ਕਿਉਂ ਤੇਰੇ ਅੰਦਰ ਦੀ ਇਹ ਘਿਰਨਾ, ਕਿਉਂ ਤੇਰੇ ਅੰਦਰ ਦੀ ਨਫ਼ਰਤ? ਤੂੰ ਆਪਣੀ ਨਫ਼ਰਤ ਦੀ ਅੱਗ ਨੂੰ ਬੁਝਾਉਣ ਵਾਸਤੇ ਤੇਰੇ ਕੋਲ ਹੋਰ ਕੋਈ ਚਾਰਾ ਹੀ ਨਹੀਂ ਹੈ, ਤੂੰ ਸਿੱਖਿਆ ਹੀ ਨਹੀਂ ਹੈ। ਅਸਲ 'ਚ ਜੀ ਅਸੀਂ ਸਿੱਖਿਆ ਕੁਛ ਨਹੀਂ ਹੈ, ਇਹ ਸਾਡੀ ਨਾ ਸਿੱਖ, ਸਿੱਖ ਬਾਬਾ ਜੀ ਨੇ ਬਣਾ ਦਿੱਤਾ ਪਰ ਸਿੱਖਿਆ ਅਸੀਂ ਕੁਛ ਨਹੀਂ। ਜੇ ਕੁਛ ਸਿੱਖਿਆ ਹੁੰਦਾ ਨਾ ਟਾਈਮ ਦੇ ਨਾਲ, ਟਾਈਮ ਚੇਂਜ ਟਾਈਮ ਹੁੰਦਾ ਪਿਆ, ਚੀਜ਼ਾਂ ਚੇਂਜ ਹੋ ਰਹੀਆਂ, ਇੰਟਰਨੈਟ ਆ ਰਿਹਾ, ਕੰਪਿਊਟਰਾਈਜੇਸ਼ਨ ਆ ਰਹੀ ਹੈ, ਸਰਵਾਈਵ ਕੌਣ ਕਰਦਾ ਪਿਆ ਜਿਹੜੇ ਚੇਂਜ ਹੁੰਦੇ ਪਏ ਆ? ਅਸੀਂ ਤਾਂ ਕੁਛ ਸਿੱਖਦੇ ਹੀ ਨਹੀਂ ਪਏ, ਅਸੀਂ ਤਾਂ ਪੁਰਾਣੀਆਂ ਘਸੀਆਂ ਪਿੱਠੀਆਂ 40 ਸਾਲ ਪੁਰਾਣੀਆਂ 1947 ਦੀਆਂ ਗੱਲਾਂ ਲਿਆ ਕੇ ਅੱਜ ਆਪਣੇ ਬੱਚਿਆਂ ਦੇ ਉੱਪਰ ਮੜਨ ਰਹੇ ਹਾਂ, ਐਂਡ ਬਸ ਕਹਿ ਰਹੇ ਹਾਂ ਕਿ ਬੱਚੇ ਬੜੇ ਗਰੋ ਕਰਨਗੇ। ਇਸ ਤਰ੍ਹਾਂ ਨਹੀਂ ਹੁੰਦਾ। ਬੱਚਿਆਂ ਦੇ ਗਰੋ ਕਰਨ ਵਾਸਤੇ ਉਹਨਾਂ ਨੂੰ ਐਟਮੋਸਫੀਅਰ ਚਾਹੀਦਾ, ਉਹਨਾਂ ਨੂੰ ਇਨਵਾਇਰਮੈਂਟ ਚਾਹੀਦਾ। ਇਨਵਾਇਰਮੈਂਟ ਕਿਹਨੇ ਪ੍ਰੋਵਾਈਡ ਕਰਨਾ? ਅਸੀਂ ਤਾਂ ਪ੍ਰੋਵਾਈਡ ਕਰਾਂਗੇ ਜੇ ਅਸੀਂ ਆਪਣੇ ਤੇ ਕੰਮ ਕਰਾਂਗੇ। ਸਾਡਾ ਕਰੈਕਟਰ ਕੀ ਹੈ, ਬੱਚਿਆਂ ਦਾ ਕਰੈਕਟਰ ਕੀ ਹੋਏਗਾ, ਸਾਡੇ ਅੰਦਰ ਕਿਹੜੀ ਕਿਹੜੀ ਚੀਜ਼ ਆਉਂਦੀ ਹੈ, ਬੱਚੇ ਦੇਖਦੇ ਪਏ, ਬੱਚੇ ਅਬਜ਼ਰਵ ਕਰ ਰਹੇ, ਬੱਚੇ ਸਿੱਖ ਰਹੇ, ਕੀ ਤੁਸੀਂ ਬੱਚਿਆਂ ਨੂੰ ਕਹਿ ਰਹੇ ਹੋ? ਕਿਉਂ ਇਹ ਸਭ ਬਿਮਾਰੀ ਜਿਹੜੀ ਹੈ ਉਹ ਐਡੀ ਵੱਡੇ ਲੈਵਲ ਤੇ ਚਲੀ ਗਈ ਹੈ ਕਿ ਅੱਜ ਦੁਨੀਆ ਦੇ ਵਿੱਚ ਪੰਜਾਬ ਬਿਲਕੁਲ ਰੋਸ਼ਨ, ਸਭ ਤੋਂ ਨੰਬਰ 1 ਤੇ ਆ ਰਿਹਾ ਕਿ ਐਡਿਕਸ਼ਨ ਦੀ ਪ੍ਰੋਬਲਮ ਦੇ ਵਿੱਚ ਪੰਜਾਬ ਨੰਬਰ 1 ਤੇ ਹੈ। ਐਂਡ ਸਾਨੂੰ ਇਹ ਬੜੀ ਨਾਰਮਲ ਨਿਊਜ਼ ਲੱਗਦੀ ਹੈ ਕਿ ਇਸ ਪਿੰਡ ਦੇ ਵਿੱਚ 3 ਮੁੰਡੇ ਮਾਰੇ ਗਏ, ਆਸ ਪਿੰਡ ਦੇ ਵਿੱਚ ਅੱਜ ਇੱਕ ਮੁੰਡਾ ਮਾਰਿਆ ਗਿਆ, ਆਸ ਪਿੰਡ ਦੇ ਵਿੱਚ ਇੰਨੇ ਮੁੰਡੇ ਮਾਰੇ ਗਏ, ਇਹ ਬੜੀ ਨਾਰਮਲ ਨਿਊਜ਼ ਹੈ ਸਾਡੇ ਵਾਸਤੇ ਹੁਣ। ਐਂਡ ਮਰਦੇ ਕਿਹੜੇ ਪਏ ਆ? 15 ਸਾਲ ਤੋਂ ਲੈ ਕੇ 25-30 ਸਾਲ ਦੇ ਮੁੰਡੇ। ਦੱਸੋ ਇਸ ਤੋਂ ਖਤਰਨਾਕ ਕੋਈ ਚੀਜ਼ ਹੋ ਸਕਦੀ ਹੈ? ਐਂਡ ਕਰਨਾ ਕੀ ਸੀਗਾ? ਕੁਛ ਵੀ ਨਹੀਂ ਸੀ ਕਰਨਾ, ਲਾਈਫ ਸਕਿੱਲ ਸਿੱਖਣੀਆਂ ਸੀਗੀਆਂ, ਲਾਈਫ ਸਕਿੱਲ ਸਿੱਖਣੀਆਂ ਸੀ। ਵੱਧ ਤੋਂ ਵੱਧ 10 ਲਾਈਫ ਸਕਿੱਲਸ ਹੈਗੀਆਂ ਜਿਹੜੀਆਂ ਬੰਦੇ ਨੂੰ ਸਿਖਾ ਦਿਓ, ਉਹਨੂੰ ਪੋਲੀਓ ਦੇ ਕਤਰੇ ਪਿਆ ਦਿਓ ਜਾਂ 10 ਲਾਈਫ ਸਕਿੱਲ ਸਿਖਾ ਦਿਓ, ਉਹਨੂੰ ਕਦੀ ਪੋਲੀਓ ਨਹੀਂ ਹੋ ਸਕਦਾ। ਜਿਹਨੇ ਪੋਲੀਓ ਦੇ ਕਤਰੇ ਸਿਖਾਏ ਹੈ, ਜਿਹਨੂੰ ਤੁਸੀਂ 10 ਲਾਈਫ ਸਕਿੱਲ ਸਿਖਾਤੀਆਂ, ਉਹ ਦੁਨੀਆਂ ਵਿੱਚ ਕਦੀ ਨਸ਼ਾ ਨਹੀਂ ਕਰ ਸਕਦਾ, ਜੋ ਜਿੱਥੇ ਮਰਜ਼ੀ ਉਹ ਚਲੇ ਜਾਏ। ਤੁਹਾਨੂੰ ਇਹ ਗੱਲ ਸਮਝ ਹੀ ਨਹੀਂ ਆਉਂਦੀ? ਇਹ ਨਹੀਂ ਗੁਜ਼ਾਰਾ ਹੋਣਾ ਸਾਡੇ ਲਾਈਫ ਸਕਿੱਲ ਸਿੱਖਣ ਤੋਂ ਬਗੈਰ। ਸਾਡੇ ਟੀਵੀ ਚੈਨਲ, ਸਾਡੀਆਂ ਅਖਬਾਰਾਂ ਸਾਡਾ ਸਾਰਾ ਸਾਥ ਨਹੀਂ ਦੇ ਰਿਹਾ, ਕਿਉਂਕਿ ਲਾਈਫ ਸਕਿੱਲਸ ਕਿਤੇ ਨਹੀਂ ਸਿਖਾਈਆਂ ਜਾ ਰਹੀਆਂ। ਲਾਈਫ ਸਕਿੱਲਸ ਹੁੰਦੀ ਹੈ ਆਪਣੀ ਇਮੋਸ਼ਨਲ ਰੈਗੂਲੇਸ਼ਨ ਕਿਵੇਂ ਕਰਨੀ ਹੈ, ਸਟ੍ਰੈਸ ਮੈਨੇਜਮੈਂਟ ਕਿਵੇਂ ਕਰਨੀ ਹੈ, ਪ੍ਰੋਬਲਮਸ ਨੂੰ ਕਿਵੇਂ ਸੋਲਵ ਕਰਨਾ, ਰਿਲੇਸ਼ਨਸ਼ਿਪ ਨੂੰ ਕਿਵੇਂ ਬਚਾ ਕੇ ਰੱਖਣਾ, ਕਿਸੇ ਦੀ ਇੱਜ਼ਤ ਕਿਵੇਂ ਕਰਨੀ ਹੈ, ਕਿਸੇ ਨਾਲ ਗੱਲਬਾਤ ਕਿਵੇਂ ਕਰਨੀ ਹੈ, ਬੇਸਿਕ ਪ੍ਰੋਗਰਾਮ ਕਿਵੇਂ ਨਹੀਂ ਚਲਾਉਣਾ, ਚੀਜ਼ਾਂ ਨੂੰ ਆਰਗਨਾਈਜ਼ ਕਿਵੇਂ ਕਰਨਾ, ਪੈਸੇ ਨੂੰ ਕਿਵੇਂ ਸੰਭਾਲਣਾ, ਆਪਣੇ ਆਪ ਦਾ ਖਿਆਲ ਕਿਸ ਤਰ੍ਹਾਂ ਰੱਖਣਾ, ਆਪਣੀ ਮਾਨਸਿਕ ਸੰਤੁਲਨ ਨੂੰ ਕਿਸ ਤਰ੍ਹਾਂ ਬਚਾ ਕੇ ਰੱਖਣਾ, ਇਹ ਸਾਰੀਆਂ ਚੀਜ਼ਾਂ ਲਾਈਫ ਸਕਿੱਲਸ ਹੈ। 10 ਲਾਈਫ ਸਕਿੱਲਸ ਹੈ ਸਾਰੀਆਂ, ਇਹ ਵੀ ਨਹੀਂ ਕਰ ਸਕਦੇ ਅਸੀਂ? ਮੈਂ 100% ਤੁਹਾਨੂੰ ਇਹ ਗਰੰਟੀ ਨਾਲ ਕਹਿ ਸਕਦਾ ਕਿ ਜਿਸ ਬੰਦੇ ਨੂੰ ਇਹ 10 ਲਾਈਫ ਸਕਿੱਲਸ ਆਉਂਦੀਆਂ ਨਾ,
ਉਹ ਬੰਦਾ ਕਦੀ ਦੁਨੀਆਂ ਦੇ ਵਿੱਚ ਫੇਲ ਨਹੀਂ ਹੋ ਸਕਦਾ, ਉੱਪਰ ਰਾਈਜ਼ ਹੀ ਰਾਈਜ਼ ਕਰੇਗਾ, ਕਦੀ ਨਸ਼ਿਆਂ 'ਚ ਨਹੀਂ ਜਾ ਸਕਦਾ। ਤੁਸੀਂ ਛੱਡ ਦਿਓ ਨਸ਼ੇ, ਕੋਈ ਵੀ ਕਿਸੇ ਮਾਨਸਿਕ ਬਿਮਾਰੀ ਤੋਂ ਪੀੜਿਤ ਨਹੀਂ ਹੋ ਸਕਦਾ। ਮਾਨਸਿਕ ਬਿਮਾਰੀ ਤੋਂ ਪੀੜਿਤ ਹੋਣ ਵਾਸਤੇ ਪਹਿਲਾਂ ਉਹਨੂੰ ਆਪ ਬਿਮਾਰ ਹੋਣਾ ਪਏਗਾ। ਇਹ ਬਿਮਾਰੀ ਦਾ ਇਲਾਜ ਕਰਦਾ ਪਿਆ ਔਰ ਕੁਛ ਨਹੀਂ ਕਰਦਾ ਪਿਆ, ਕਿਉਂਕਿ ਉਹ ਵੱਖਰੀ ਵੱਖਰੀ ਜਗ੍ਹਾ ਤੇ ਜਾਂਦਾ ਤੇ ਉਹਨੂੰ ਵੱਖਰੇ ਵੱਖਰੇ ਉਹੋ ਜਿਹੇ ਮਾਨਸਿਕ ਬਿਮਾਰ ਬੰਦੇ ਮਿਲਦੇ ਆ ਜਿਹੜੇ ਉਹਨੂੰ ਪੁੱਠੀਆਂ ਰਾਏ ਦਿੰਦੇ ਆ, ਜਿਹਨਾਂ ਦੀ ਉਹ ਗੱਲ ਮੰਨ ਕੇ, ਕਿਉਂਕਿ ਵਲਨਰੇਬਲ ਹੁੰਦਾ, ਉਹ ਗੱਲ ਮੰਨ ਕੇ ਉਹਨਾਂ ਪੁੱਠੀਆਂ ਪਾਚੀਜ਼ਾਂ ਤੇ ਲੱਗਣ ਲੱਗ ਪੈਂਦਾ। ਉਹ ਲੋਕਾਂ ਨੂੰ, ਸੋਸਾਇਟੀ ਨੂੰ, ਦੁਨੀਆਂ ਨੂੰ ਉਧਰ ਦੇਖਦਾ ਰਹਿੰਦਾ ਵੀ ਇਹ ਕਿਸ ਦਿਨ ਠੀਕ ਹੋਣਗੇ ਤੇ ਮੈਂ ਠੀਕ ਹੋਵਾਂਗਾ। ਆਪਣੀ ਰਿਸਪੋਂਸੀਬਿਲਟੀ ਕਦੀ ਨਹੀਂ ਲੈਂਦਾ, ਨਾ ਪਿਓ ਆਪਣੀ ਰਿਸਪੋਂਸੀਬਿਲਟੀ ਲੈਂਦਾ, ਨਾ ਮਾਂ ਆਪਣੀ ਰਿਸਪੋਂਸੀਬਿਲਟੀ ਲੈਂਦੀ, ਨਾ ਪੇਸ਼ੈਂਟ ਆਪਣੀ ਰਿਸਪੋਂਸੀਬਿਲਟੀ ਲੈਂਦਾ, ਨਾ ਵਾਈਫ ਆਪਣੀ ਰਿਸਪੋਂਸੀਬਿਲਟੀ ਲੈਂਦੀ ਹੈ। ਮੈਨੂੰ ਪਤਾ ਔਖਾ ਹੈਗਾ, ਜਿਸ ਤਰ੍ਹਾਂ ਦਾ ਸਟਰਕਚਰ ਚੱਲਣ ਡਿਆ ਉਹਦੇ ਵਿੱਚ ਆਪਣੇ ਆਪ ਨੂੰ ਵੱਖਰਾ ਦਿਖਾਉਣਾ ਬੜਾ ਔਖਾ ਕੰਮ ਹੈ। ਪਰ ਜੇ ਆਪਣੇ ਬੱਚਿਆਂ ਵਾਸਤੇ ਨਹੀਂ ਕਰਨਾ, ਆਪਣੀ ਫੈਮਿਲੀ ਵਾਸਤੇ ਨਹੀਂ ਕਰਨਾ, ਫਿਰ ਰਹਿਣ ਦਿਓ, ਫਿਰ ਨਾ ਕਰੋ, ਫਿਰ ਉਹ ਵੀ ਨਾ, ਫਿਰ ਡੋਂਟ ਕਰਾਈ ਫਾਰ ਇਟ ਕਿ ਵੀ ਪੰਜਾਬ 'ਚ ਹੈ, ਪੰਜਾਬ 'ਚ ਸਾਡੇ ਬੱਚੇ, ਇਹ 100% ਹੈ, ਅੱਜ ਨਾ ਗੁਆਂਢੀਆਂ ਦਾ ਬੱਚਾ, ਕੱਲ੍ਹ ਸਾਡਾ ਬੱਚਾ ਹੋਏਗਾ, ਸਭ ਤੋਂ ਪਹਿਲਾਂ ਸਾਡਾ ਬੱਚਾ ਹੋਏਗਾ। ਜੇ ਤੁਹਾਨੂੰ 1% ਵੀ ਸ਼ੱਕ ਹੈਗਾ ਨਾ ਕਿ ਤੁਹਾਡੇ ਬੱਚਾ ਨਸ਼ਾ ਕਰ ਰਿਹਾ ਜਾਂ ਨਸ਼ੇ ਦੀਆਂ ਆਦਤਾਂ ਉਹਦੇ 'ਚ ਹੈਗੀਆਂ, 100% ਹੈਗੀਆਂ, 1% ਨਹੀਂ ਹੈਗੀਆਂ, 100% ਹੈਗੀਆਂ। 99.9% ਬੱਚੇ ਜਿਹੜੇ ਹੈ ਨਸ਼ਾ ਕਰ ਰਹੇ ਜਾਂ ਨਹੀਂ ਨਸ਼ਾ ਕਰ ਰਹੇ, ਉਹਨਾਂ ਦੇ ਵਿੱਚ ਨਸ਼ਿਆਂ ਦੀਆਂ ਬਿਮਾਰੀਆਂ ਸਾਰੀਆਂ ਪੀੜਿਤ ਹੈ। ਤੁਸੀਂ ਕਿਸੇ ਜਗ੍ਹਾ ਵੀ ਚੱਲ ਜਾਓ, ਤੁਹਾਨੂੰ ਨਸ਼ੇ ਦੀ ਬਿਮਾਰੀ ਜਿਹੜੀ ਹੈ ਉਹ ਨਜ਼ਰ ਆ ਜਾਂਦੀ ਹੈ, ਮੈਚੋਰ ਬੰਦਿਆਂ ਦੇ ਵਿੱਚ ਵੀ। ਕਿਉਂ? ਕਿਉਂਕਿ ਉਹ ਸਾਰੇ ਕੰਮ ਉਹ ਕਰ ਰਹੇ ਹੈ ਜਿਹੜੇ ਕਿ ਉਹ ਕਹਿ ਰਹੇ ਹੈ ਬੱਚਿਆਂ ਨੂੰ ਕਿ ਤੁਸੀਂ ਨਾ ਕਰੋ। ਉਹਨਾਂ ਦਾ ਵਾਸ ਥੋੜੀ ਚੱਲੇਗਾ। ਫਿਰ ਤੁਹਾਡੇ ਹੱਡਾਂ ਦੇ ਵਿੱਚ ਜਿਹੜੀਆਂ ਆਦਤਾਂ ਰਚੀਆਂ ਹੋਈਆਂ, ਕੰਮ ਉਹ ਕਰਨਗੀਆਂ। ਤੁਹਾਡੇ ਖਿਆਲ, ਤੁਹਾਡੀ ਸੋਚ, ਤੁਹਾਡੀ ਸਮਝ ਕਿਸੇ ਕੰਮ ਨਹੀਂ ਆਊਗੀ। ਸਭ ਤੋਂ ਜ਼ਿਆਦਾ ਇਸ ਬਿਮਾਰੀ ਦੇ ਵਿੱਚ ਪੀੜਿਤ ਬੰਦੇ ਆ ਇੰਟੈਲੀਜੈਂਟ ਬੰਦੇ, ਸੋ ਕਾਲ ਇੰਟੈਲੀਜੈਂਟ ਬੰਦੇ, ਜਿਹਨਾਂ ਦਾ ਆਈ ਕਿਊ 100 ਤੋਂ ਉੱਪਰ ਹੈ। ਤੁਸੀਂ ਉਹਨਾਂ ਬੰਦਿਆਂ ਨਾਲ ਡੀਲ ਕਰ ਰਹੇ ਹੋ। ਕੋਈ ਬੰਦਾ ਬੇਵਕੂਫ ਹੋ ਕੇ ਨਸ਼ਾ ਨਹੀਂ ਕਰ ਸਕਦਾ। ਪੰਜਾਬ ਦੇ ਸਾਰੇ ਬੰਦੇ ਜਿਹੜੇ ਨਸ਼ਾ ਕਰ ਰਹੇ ਆ, ਸਾਰੇ ਬੱਚੇ ਜਿਹੜੇ ਨਸ਼ਾ ਕਰ ਰਹੇ ਆ, ਉਹ ਸਾਰੇ ਸੁਪਰ ਇੰਟੈਲੀਜੈਂਟ ਬੰਦੇ ਆ। ਇਹਨਾਂ ਸੁਪਰ ਇੰਟੈਲੀਜੈਂਟ ਬੰਦਿਆਂ ਨੂੰ ਸਿਰਫ ਇੱਕ ਚੀਜ਼ ਨਹੀਂ ਆਉਂਦੀ ਕਿ ਇਹਨਾਂ ਦੇ ਦੰਦ ਨਹੀਂ ਹੈਗੇ, ਇਹ ਟੁੱਥਲੈਸ ਹੈਗੇ ਆ। ਕਿਉਂ? ਇਹਨਾਂ ਨੇ ਸਕਿੱਲਸ ਨਹੀਂ ਸਿੱਖੇ। ਦੰਦ ਜਿਹੜੇ ਹੁੰਦੇ ਆ, ਇਹ ਸਕਿੱਲਸ ਹੁੰਦੀ ਹੈ। ਉਹਨਾਂ ਨੂੰ ਇਹ ਪਤਾ ਹੈ ਕਿ ਆਹ ਚੀਜ਼ ਸਵਾਦ ਹੈ, ਖਾਣੀ ਹੈ, ਪਰ ਉਹਨਾਂ ਦੇ ਦੰਦ ਨਹੀਂ ਹੈਗੇ। ਪੰਜਾਬ ਦੇ ਯੂਥ ਦਾ ਇਹ ਹਾਲ ਹੈ। ਅੱਜ ਮੈਂ ਬਹੁਤ ਜ਼ਿਆਦਾ ਬੋਲਡ ਤੇ ਬਹੁਤ ਜ਼ਿਆਦਾ ਸਖਤ ਲਫ਼ਜ਼ ਵਰਤ ਰਿਹਾ, ਐਂਡ ਮੈਨੂੰ ਕਹਿਣ 'ਚ ਕੋਈ ਹਰਜ ਨਹੀਂ ਹੈਗਾ, ਕਿਉਂਕਿ ਮੈਂ ਨਹੀਂ ਇਸ ਚੀਜ਼ ਤੋਂ ਡਰਦਾ ਕਿ ਪੰਜਾਬ ਦਾ ਉਨੀ ਦੇਰ ਤੱਕ ਕੁਛ ਨਹੀਂ ਮੰਨਣਾ, ਸਭ ਇੱਕ ਦੂਜੇ ਦਾ ਅਫਸੋਸ ਕਰਦੇ ਰਹੋ, ਇੱਕ ਦੂਜੇ ਦੀਆਂ ਬਲੇਮ ਕਰਦੇ ਰਹੋ, ਇੱਕ ਦੂਜੇ ਦੇ ਜ਼ਿੰਮੇਵਾਰੀਆਂ ਸੁੱਟਦੇ ਰਹੋ। ਜਿੰਨੀ ਦੇਰ ਜ਼ਿੰਮੇਵਾਰੀ ਆਪਣੇ ਤੇ ਨਹੀਂ ਨਾ ਲਓਗੇ, ਉਨੀ ਦੇਰ ਕੁਛ ਨਹੀਂ ਗੱਲ ਬਣਨੀ। ਅਲਟੀਮੇਟਲੀ ਪੁਆਇੰਟ ਇੱਥੇ ਹੀ ਆਉਂਦਾ ਕਿ ਜ਼ਿੰਮੇਵਾਰੀ ਆਪਣੇ ਤੇ ਲੈ ਲਓ ਤੇ ਪੰਜਾਬ ਬਚਾ ਲਓ, ਜ਼ਿੰਮੇਵਾਰੀ ਆਪਣੇ ਤੋਂ ਲਾਹ ਦਿਓ ਤੇ ਪੰਜਾਬ ਨੂੰ ਗਵਾ ਦਿਓ। ਫਿਰ ਲੋਕਾਂ ਨੂੰ ਕਹੋ, ਪਾਕਿਸਤਾਨ ਨੂੰ ਕਹੋ, ਜਾਂ ਕਿਸੇ ਨੂੰ ਕਹੋ, ਜਾਂ ਕੋਈ ਮੀਡੀਆ ਨੂੰ ਕਹੋ, ਜਾਂ ਸ਼ਿਕਾਇਤਾਂ ਲਾਉਂਦੇ ਰਹੋ, ਜਾਂ ਤੁਸੀਂ ਜਾ ਕੇ ਕਹੋ ਜੀ ਸਿਆਸਤਦਾਨਾਂ ਨੇ ਕੀਤਾ, ਕਿਸੇ ਨੇ ਨਹੀਂ ਕੀਤਾ, ਅਸੀਂ ਸਾਡੀ ਆਪਣੀ ਮਾਨਸਿਕਤਾ ਨੇ ਕੀਤਾ। ਜੇ ਅੱਜ ਤੁਸੀਂ ਜ਼ਿੰਮੇਵਾਰੀ ਲਓ, ਕੋਈ ਦੁਨੀਆਂ ਦਾ ਬੰਦਾ ਨਹੀਂ ਹੈ ਜਿਹੜਾ ਤੁਹਾਡੇ ਘਰ ਦੇ ਵਿੱਚ ਵੜ ਕੇ ਤੇ ਉਹ ਹਮਲਾ ਕਰਕੇ ਤੇ ਤੁਹਾਨੂੰ ਘਰ ਨੂੰ ਖਰਾਬ ਕਰ ਸਕੇ। ਲੋਕੀ ਕਹਿੰਦੇ ਬਾਹਰ ਗਿਆ ਜੀ ਮਾੜੀ ਸੰਗਤ ਦੇ ਵਿੱਚ, ਉਹ ਕਿੱਥੋਂ ਬਚ ਕੇ ਗਿਆ ਬਾਹਰ, ਮਾੜੀ ਸੰਗਤ ਤੋਂ ਬਚ ਕੇ ਗਿਆ ਬਾਹਰ, ਤੇ ਬਾਹਰ ਉਹਨੂੰ ਇੱਕ ਹੋਰ ਮਾੜੀ ਸੰਗਤ ਮਿਲ ਗਈ। ਪਹਿਲੀ ਮਾੜੀ ਸੰਗਤ ਕਿਹੜੀ? ਘਰ ਦੀ। ਦੂਜੀ ਮਾੜੀ ਸੰਗਤ ਉਹਨੂੰ ਬਾਹਰ ਮਿਲਦੀ ਹੈ, ਉਹਨੂੰ ਤੇ ਬੜਾ ਨੋਰਮਲ ਲੱਗਦਾ। ਇੱਕ ਮਾੜੀ ਸੰਗਤ ਚੋਂ ਨਿਕਲ ਕੇ ਗਿਆ, ਦੂਜੀ ਮਾੜੀ ਸੰਗਤ ਦੇ ਵਿੱਚ ਚਲੇ ਗਿਆ। ਇੱਕ ਮਾੜੀ ਸੰਗਤ ਦੇ ਵਿੱਚ ਉਹਦੀ ਬੇਇੱਜ਼ਤੀ ਹੁੰਦੀ ਸੀ, ਦੂਜੀ ਮਾੜੀ ਸੰਗਤ ਦੇ ਵਿੱਚ ਉਹਦੀ ਇੱਜ਼ਤ ਹੁੰਦੀ ਹੈ। ਇੱਕ ਮਾੜੀ ਸੰਗਤ ਕੁਛ ਨਹੀਂ ਕਰਾ ਸਕੀ, ਆਪਣੀ ਮਰਜ਼ੀ ਦੇ ਨਾਲ ਡਰਦੀ ਹੈ, ਕੁਛ ਕਰਾ ਨਹੀਂ ਸਕਦੀ, ਜੋ ਚਾਹੁੰਦੀ ਹੈ ਉਹ ਕਰ ਨਹੀਂ ਸਕਦੀ। ਆਪਣੇ ਸਾਹਮਣੇ ਆਪਣੇ ਬੱਚੇ ਮਰਦੇ ਦੇਖਦੇ ਹਾਂ ਆਪਾਂ, ਉਹ ਮਾੜੀ ਸੰਗਤ ਕੁਛ ਨਹੀਂ ਕਰ ਸਕਦੀ। ਕਿਉਂ? ਕਿਉਂਕਿ ਅਸੀਂ ਆਪ ਹੀ ਤੇ ਉਹ ਤਿਆਰ ਕੀਤੀ ਪਨੀਰੀ, ਤੇ ਜਿਹੜੀ ਦੂਜੀ ਮਾੜੀ ਸੰਗਤ ਹੈ ਉਹ ਉਹਨੂੰ ਬੈਠੀ ਹੋਈ ਹੈ, ਉਹਦੇ ਭੁੱਖੀ ਬੈਠੀ ਹੈ। ਆ ਜਾਓ ਇੱਕ ਹੋਰ ਆ ਗਿਆ, ਆ ਜਾਓ ਇੱਕ ਹੋਰ ਸ਼ਿਕਾਰ ਆ ਗਿਆ, ਉਹ ਮਾੜੀ ਸੰਗਤ ਬੈਠੀ ਹੋਈ ਹੈ। ਐਂਡ ਅਸੀਂ ਬੜੇ ਤਿਆਰ ਕੀਤੇ ਕਰਾਏ ਵੱਡੇ ਗੱਭਰੂ ਪੰਜਾਬੀ, ਉਹਨਾਂ ਦੇ ਕੋਲ ਪਹੁੰਚ ਜਾਂਦੇ ਹਾਂ, ਤੇ ਫਿਰ ਜੋ ਉਹਨਾਂ ਨੇ ਕਰਨਾ ਹੁੰਦਾ ਉਹ ਤੇ ਉਹਨਾਂ ਨੇ ਕਰਨਾ ਹੀ ਹੁੰਦਾ। ਹੁਣ ਯੂ ਕਾਂਟ ਐਕਸਪੈਕਟ ਕਿ ਵੀ ਸੱਪ ਪਾਲਿਆ ਹੋਏ ਤੇ ਤੁਹਾਨੂੰ ਬਾਅਦ 'ਚ ਆ ਕੇ ਬੜਾ ਪਿਆਰ ਕਰੇ, ਜਾਂ ਸ਼ੇਰ ਪਾਲਿਆ ਤੇ ਭੁੱਖਾ ਸ਼ੇਰ ਪਾਲਿਆ ਤੇ ਉਹ ਤਾਂ ਆ ਕੇ ਤੁਹਾਨੂੰ ਪਿਆਰ ਕਰੇਗਾ, ਉਹ ਤੁਹਾਨੂੰ ਖਾਏਗਾ ਹੀ ਖਾਏਗਾ। ਡੋਂਟ ਬਲੇਮ ਫਾਰ ਦੈਟ। ਸੋ ਮੇਰੀ ਸਿੱਧੀ ਸਿੱਧੀ ਗੱਲ ਹੈ ਵੀ ਜੇ ਤਾਂ ਤੁਸੀਂ ਅੱਜ ਤੋਂ ਆਪਣੇ ਬੱਚਿਆਂ ਨੂੰ ਲਾਈਫ ਸਕਿੱਲ ਸਿਖਾਉਣੇ ਹੈ, ਜ਼ਿੰਮੇਵਾਰੀ ਲੈਣੀ ਸਿਖਾਉਣੀ ਹੈ, ਉਹਨਾਂ ਨੂੰ ਠੀਕ ਤਰ੍ਹਾਂ ਡਿਸਿਪਲਿਨ ਕਰਨਾ ਸਿਖਾਉਣਾ, ਕਿਹੜੀਆਂ ਚੀਜ਼ਾਂ ਕਦੋਂ ਕਿੰਨੀ ਮਕਦਾਰ 'ਚ ਤੇ ਉਹਨਾਂ ਨਾਲ ਖਾਸ ਗੱਲ ਹੈਗੀ, ਉਹਨਾਂ ਨਾਲ ਗੱਲਬਾਤ ਕਰਨੀ ਸਿੱਖਣੀ ਹੈ। ਜੇ ਤੁਸੀਂ ਆਪ ਹੀ ਡਰਦੇ ਰਹਿਣਾ ਕਿ ਬੱਚਿਆਂ ਨਾਲ ਅਸੀਂ ਗੱਲ ਨਹੀਂ ਕਰ ਸਕਦੇ, ਬੱਚੇ ਗੁੱਸੇ ਨਾ ਹੋ ਜਾਣ, ਬੱਚੇ ਇਹ ਨਾ ਹੋ ਜਾਣ, ਫਿਰ ਉਹ ਤੁਸੀਂ ਛੱਡ ਹੀ ਦਿਓ।
मैं अक्सर पूछता मैं तुम बच्चों ने गल क्यों नहीं की थी? कहते बच्चे घर छड़ के चल जाएंगे, घर छड़ के जाएंगे जे तुम गल करनी नहीं आती, जे तुम गल करनी आती तो बच्चे घर छड़ के नहीं जाएंगे। तुसी हमेशा वो सिचुएशन पैदा करते हो कि जिथे तुसी गल करो तो बच्चा घर छड़ के जाए, तुहाडे मन च डर बैठा होया, इसे करके तुसी कर नहीं सकते कुछ। जे तुहानू एक करना नहीं आता तो सीख लो, कोई ये तो नहीं काम कि सीखना बंद हो गया। सीखने वास्ते बहुत दुनिया पई है, सीखी जाओ, सारी उम्र पई सीखने वास्ते। जे अज नहीं सीखोगे कदों सीखोगे? मैं दसो तुसी कदों सीखोगे? कदों जिन्हें अज हालात माड़े है वो पिछले 10 साल उन्होंने ज्यादा माड़े है, आने वाले 10 साल इस तो चंगे हो गए, किस तरह चंगे हो जाएंगे? ना उदो असी सीखे सी, ना अज सीखे, ना आने वाले टाइम च सीखना। साड़ी तो कोई नीयत ही नहीं है सीखने की, साड़ी नीयत सिर्फ सिर्फ ब्लेम करन दी है, दूजियां दे कसूर कढ़न दी है, दूजियां नूं नीवां दिखाण दी, तेरे करके, एदे करके, ओदे करके, एदे करके। ना असी कोई हुण नौकरियां, ना उन्हां दी कोई सैटिस्फैक्शन, ये सारी दी सारे साडे अपने उपज दे ख्यालात है जिहड़े साडे बच्चियां दे विच बैठे है। असी बच्चियां नूं पढ़ांदे क्यों आ? सिर्फ सिर्फ वो 4-5 जॉब्स वास्ते। जे वो 4-5 जॉब्स नहीं मिलदियां फिर बच्चियां नूं कहिंदे आ तुसी सुसाइड कर लो, खत्म हो जाओ, जां तुसी निकम्मे हो, जां तुसी किसे जोगे नहीं हो। यह बच्चों के मन के असी पक्का बिठाता, हालांकि बच्चे दे विच इन्ने हुनर होंदे आ वह 50 होर चीजा कर सकता हुंदा, पर असी बच्चों के मन के वाइट वाश किया, जां तू डॉक्टर बनना, जां वकील बनना, जां आ बनना, जां इंजीनियर बनना, बस होर कुछ नहीं बनना। जे तू यह नहीं बन सकिया तेरी जिंदगी खत्म, तबाह, क्योंकि असी बेसिक चीजा नहीं सिखाईया। सानू पता ही नहीं है बेसिक बेसिक परवरिश हुंदी की है। बेसिक परवरिश ते पढ़ाई वास्ते तैयार करना बहुत फर्क है। एंड जिहड़ी रहिंदी सिखाउंदी गल है वो साडे स्कूलां कॉलेजां च पूरी हो जाती है। जिहो जी रिस्पैक्ट असी मां प्यो की घर करते हैं, ओहो जी रिस्पैक्ट असी टीचर की करते हैं, ओहो जी रिस्पैक्ट असी प्रिंसीपल की करते हैं, एंड ओहो जी रिस्पैक्ट असी फिर सोसायटी की करते हैं। रोज इन्ना क्राइम, इन्ने इंसीडेंट्स, इन्ना सब कुछ क्यों होंदे है? क्योंकि साडा स्ट्रेट फॉरवर्ड दिमाग खराब है, साडा मानसिक बीमारी इन्नी जबरदस्त हो चुकी है कि सानू हुण किसे दा कोई लिहाज नहीं, ना किसे ते तरस आंदा, सानू किसे ते कोई चीज नहीं आंदी। असीं किसे भी हद तो बाहर जा सकते हैं कुछ भी करन वास्ते। साडे वास्ते कोई हद्दां खत्म हो गई, साडे वास्ते बाउंड्रीज खत्म हो गई, ना मां प्यो की बाउंड्री, ना टीचर की बाउंड्री, ना किसी चीज की बाउंड्री, असीं सारियां बाउंड्रीज क्रॉस कर लई हैं। बाउंड्रीज क्रॉस करन दा ही ये हाल है कि असीं रोज जो देखते पे हाँ ओ भयानक है, भयानक। जिन्ना तुसी इहनूं ध्यान नाल देखोगे, जिन्ना तुसी इह ध्यान नाल समझोगे, बहुत भयानक दौर चल रहा है। मैं अज से न्यूज पढ़ रहा सीगा कि टीचर की चेन लई जो मर गई, उहदी बच्ची जिहड़ी है जख्मी हो गई, किन्नी भयानक सीन है। ट्रिलियन दे सामने साडे वो लुट के लै गए 22 लाख रुपया, किन्ना भयानक सीन है। एंड एक तुसी कोई जगह देख लो जिथे नहीं भयानक सीन चल रहा, कोई न्यूज थोड़ी है। हर जगह से तुहानू जान लगे इनसिक्योरिटी रहिंदी है। सैर करन जाओ तो पता नहीं लगता किसी ने मोबाइल खोल लेना, सैर करन जाओ तो तुहानू पता नहीं कि तुहाडे गन पॉइंट ते किसी ने की कर देना। यह कोई 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 तरीका रहन दा रह गया? जे हुण बच्चे कहिंदे ब्रेन ड्रेन हो रहा, असीं जा रहे हां बाहर, जा रहे हां आइल्स कर रहे हां, बाहर दीआं डिग्रियां कर रहे हां, दे आर वेरी गुड, आई थिंक दे डिजर्व इट, दे डिजर्व इट। एंड मां प्यो अपनी सारी जमीना वेच के उन्होंने बाहर भेज रहे हैं, मां प्यो बिल्कुल डिजर्व करते हैं। क्यों? मां प्यो चंगा लगता है इतने नहीं होना, साडे बच्चे सेफ है, इतने साडे बच्चे का कुछ नहीं बनना, क्योंकि असी वो सिक्योरिटी प्रोवाइड ही नहीं कर सके। एंड मैं तो कोई लगता नहीं है कि इस वे कोई भी एक यहो जहा कदम चुकया जा सकता हो जिद लगे कि अगले आने वाले 10 साल बहुत वधिया हालात आने वाले है। कोई जगह ही नहीं नजर आती पी, क्योंकि जिन्हें बयान होंगे वह अल्टीमेटली मटीरियलाइज ही नहीं होंगे, उन्होंने कोई रिजल्ट ही नहीं आता। असी अज तक कोई नतीजा नहीं देखा जिहड़ा कि पूरे नतीजे ते पहुंचया होए कि हां जी आ चेंज आ गया जी, आ बयान दिता गया सी इहदे नाल आ चेंज आ गया। जिन्हें फेलियर सिस्टम है सारे असी अपलाई करके देख ले, रीहैब सेंटर शुरू किए रीहैब सेंटर नहीं चल सके, सब्सटीट्यूट ड्रग शुरू की उन्हों की इन्नी भरमार हो गई है कि जिहड़ा मर्जी बंदा अपने जेब दे विच 4-5 पत्ते लई फिरता, 10-10 गोलियां आपां उन्हां ड्रग दीआं लैण डए आ। आईवी ड्रग यूज जिहड़ा वह बहुत ही चरम ते पहुंचया है। बाथरूमां दी डेथ जिहड़ी है कमाल होई पई है, हर बच्चा जो बाथरूम च जाता है घरदियां दी जान सुकी रहिंदी कि बाथरूम च गया, बंदे का दिल कित्थे लगना है, खुशी कित्थे आनी है। कोई विआह हुंदा, कोई शादी हुंदी, कोई कुछ हुंदा, उहदे च कोई ना कोई गोली चली हुंदी है, जां बंदा इक अद्धा डिग्गा बेहोश पिया हुंदा जिहनूं दौरे पैण डए हुंदे है,
अक्सर सीन साडे पिंडां दे विच हैगा, खुशी का माहौल दे विच गमगीन माहौल फैले हुए है। सो हालात बहुत बहुत खराब है, तुसी इन्हां चीजां नूं एवें ना करो। इस दिन नूं मैं तां इंपोर्टेंट करना चाहुंदा क्योंकि तुसी इस चीज नूं उस तरीके नाल देखो कि यह सोल्यूशन ओरिएंटेड होना चाहिए। द होल प्रोग्राम हैज टू बी सोल्यूशन ओरिएंटेड। यह नहीं कि इंटरनेशनल डे आया तो लंघ गया, कुछ भी नहीं जी। इंटरनेशनल डे तो पहला भी कुछ नहीं, बाद च भी कुछ नहीं। यह सोल्यूशन ओरिएंटेड जिनी देर अप्रोच नहीं होगी, जिनी देर नतीजे नहीं निकलेंगे, जिनी देर तुसी अपनी जिम्मेवारी नहीं लाओगे, जिनी देर तुसी अपने बच्चों नूं नाल तैयार नहीं करोगे, जिनी देर बच्चों का साथ नाल नहीं लाओगे, जिनी देर तक इन फैमिली प्रोग्राम नहीं बनाओगे, जिनी देर फैमिली का हर फर्ज भावे उन्हें नशा किया भावे नहीं किया इस प्रोग्राम दे विच इनवॉल्व नहीं होएगा, उन्नी देर तक इस प्रोग्राम दे विच कदी भी कुछ नहीं बन सकता, कोई नतीजा नहीं आ सकता। सिर्फ पैसा करन नाल जां सिर्फ एक दूजे नाल डिबेट्स करन नाल जां एक दूजे नूं गलत दिखाण नाल इह बिल्कुल समूह डीमोरलाइज कर रहा है। जिहड़े बंदे इस चों बाहर आना चाहुंदे आ जदों इस तरह दीआं डिबेट सुणदे आ उह होर वी ज्यादा डीमोरलाइज हुंदे आ, उहनां दी लो सेल्फ एस्टीम आउंदी है, उह सोचदे शायद साडीआं गलतीआं करके असीं इस चीज च फसे आ। उन्होंने कोई रोल ही नहीं लगता भी इस चीज से कभी बाहर आ सकेंगे। मैंने तुसी कोई प्रोग्राम दसो जिहड़ा कि पंजाब दे विच ये कहता होए कि असी 100% बंदा ठीक कर सकते हैं। मैं कहना यह बीमारी ठीक होने वाली बीमारी है, यह रिलैक्सेस वाली बीमारी नहीं है, यह मरण वाली बीमारी नहीं है। क्यों मरते पे हैं? क्योंकि असी उतो तक पहुंच ही नहीं सके इलाज तक। इलाज तक क्यों नहीं पहुंच सके? क्योंकि असी बीमारी की जड़ नहीं देख सके। जे बीमारी की जड़ देखा होंगे तो असी इलाज भी ठीक करा सकते होंगे, सानू ठीक इलाज लभ जांदे, ठीक इलाज लभ के फिर असी अपने ते इलाज कर रहे होंदे, अपने सारे काम कार छड के असी इस इलाज दे उपर बैठे होंदे कि भावें जो मर्जी हो जाए, दुनिया इधर दी इधर हो जाए, असी इलाज नहीं छड्डना। साडे च वी उह विश्वास हुंदा, फिर साडे बंदे बचदे। फिर मैं देखदा कि साडे बंदिआं दी मौत किवें हुंदी, साडे बच्चिआं दी मौत किस तरह हुंदी। सिर्फ इन्हां चीज़ां दे उपर रौला पा देना, कुछ नहीं जी, होया नहीं जी, इलाज नहीं जी, किन्ने परसेंट जी, की है, एक खोखले क्वेश्चन पूछने बंद कर दिओ। घट तो घट अज के दिन दे विच एक खोखले क्वेश्चन पूछने बंद कर दिओ। पिछले 20 सालों तो आपां एक क्वेश्चन पूछ रहे हैं, सिर्फ आके ये कह देना असीं इह करदे हां कि उह करदे हां, कुछ नहीं होया, कुछ नहीं होया। जिहड़े घर दे विच एक मां रोण डई है जिहदा इको इको कल्ला कल्ला मुंडा मरिया, जिन्हें आईवी ड्रग हले अंदर पई है, जिहदे विच नाड़ हले अंदर सुई पई है, उहदी लाश पई है घर दे विच, तुसीं उहनां नूं पुछ के देखो उहनां दे जिंदगी दे विच रह की गया। उस चीज नूं महसूस कर सकना, इहनूं एम्पथी कहिंदे है। एम्पथी का मतलब यह नहीं हुंदा कि सिर्फ तरस खाई जाना, एम्पथी का मतलब हुंदा कुछ करन कर गुजरना। ਤੁਸੀਂ ਅੱਜ ਦੇ ਦਿਨ ਦੇ ਵਿੱਚ ਘੱਟ ਤੋਂ ਘੱਟ ਇੰਨਾ ਕਰੋ ਕਿ ਜੇ ਤੁਹਾਡਾ ਬੱਚਾ ਕੋਈ ਬਿਮਾਰ ਹੈ ਜਾਂ ਨਹੀਂ ਹੈ, ਤੁਸੀਂ ਕਰੋ ਉਹੀ ਜੇ ਤੁਹਾਨੂੰ ਇਹ ਮਹਿਸੂਸ ਹੋਏ ਕਿ ਤੁਹਾਡਾ ਆਪਣਾ ਬੱਚਾ ਬਿਮਾਰ ਹੈ। ਤੁਸੀਂ ਉਹਦੀ ਦਰਦ ਸਮਝੋ, ਤੁਸੀਂ ਉਹਦੀ ਤਕਲੀਫ ਸਮਝੋ, ਤੁਸੀਂ ਉਹਦੀ ਜਗ੍ਹਾ ਸਮਝੋ। ਜੇ ਤੁਸੀਂ ਉਹਦੀ ਜਗ੍ਹਾ ਤੇ ਹੁੰਦੇ ਤੁਸੀਂ ਵੀ ਉਹੀ ਕਰ ਰਹੇ ਹੁੰਦੇ, ਤੁਸੀਂ ਕਿਵੇਂ ਉਹਦੀ ਬੇਇੱਜ਼ਤੀ ਕਰ ਸਕਦੇ ਹੋ? ਤੁਸੀਂ ਕਿਵੇਂ ਉਹਦਾ ਦਿਲ ਢਾ ਸਕਦੇ ਹੋ? ਕਿਵੇਂ ਤੁਸੀਂ ਉਹਨੂੰ ਗਲਤ ਰਾਏ ਦੇ ਸਕਦੇ ਹੋ? ਉਹਨੂੰ ਬਿਲਕੁਲ ਠੀਕ ਰਾਏ ਦਿਓ। ਜਿਵੇਂ ਬਾਕੀ ਬਿਮਾਰੀਆਂ ਦੇ ਵਿੱਚ ਕੈਂਸਰ ਦੇ ਵਿੱਚ ਇਲਾਜ ਕਰਾਇਆ ਜਾਂਦਾ, ਉਸ ਤਰ੍ਹਾਂ ਦਾ ਇਲਾਜ ਕਰੋ। ਉਹਨਾਂ ਹੀ ਤਨ ਮਨ ਸਭ ਕੁਛ ਵਾਰ ਕੇ ਇੱਥੇ ਕਰੋ। ਜੇ ਕੋਈ ਬੱਚਾ ਨਹੀਂ ਮੰਨਦਾ ਜਾਂ ਕੋਈ ਤਕਲੀਫ ਹੈ, ਤੁਸੀਂ ਉਹਨੂੰ ਛੱਡ ਦਿੰਦੇ ਹੋ। ਜੇ ਇੱਕ ਸਾਲ ਦਾ ਬੱਚਾ ਉਹ ਇਲੈਕਟ੍ਰਿਸਿਟੀ ਦੇ ਵਿੱਚ ਹੱਥ ਦੇਣ ਡਿਆ ਜਾਂ ਬਰਨਰ ਨੂੰ ਆਨ ਕਰਨ ਡਿਆ, ਤੁਸੀਂ ਉਹਨੂੰ ਛੱਡ ਦਿੰਦੇ ਹੋ? ਨਹੀਂ ਛੱਡਦੇ। ਪਰ ਇੱਕ ਮਾਨਸਿਕ ਰੋਗੀ ਨੂੰ ਤੁਸੀਂ ਛੱਡ ਦਿੰਦੇ ਹੋ, ਕੋਈ ਗੱਲ ਨਹੀਂ ਆਪੇ ਕਰ ਲਏਗਾ, ਸਮਝਦਾਰ ਹੋ ਗਿਆ। ਇਹ ਤੁਹਾਡੀ ਮਾਨਸਿਕਤਾ ਬਿਮਾਰ ਹੈ, ਨਾ ਕਿ ਉਸ ਬੱਚੇ ਦੀ ਮਾਨਸਿਕਤਾ ਬਿਮਾਰ ਹੈ। ਸੋ ਉਹਦਾ ਮਰਨ ਦਾ ਕਾਰਨ ਅਸੀਂ ਹੋਵਾਂਗੇ, ਉਹ ਨਹੀਂ ਹੋਣਗੇ। ਮਿਹਰਬਾਨੀ ਜੀ।